अंदोलन देख के बाबा जी थोनों की लग रहे हैं? हाँ जी, अंदोलन देख के जो मार्च चल रहे किसान अपने हकों लिए बैठे ने दिल्ली, तो इधर तुम वाशिंग मशीन की भी सेवा लाई है, थोड़ा की लग रहे हैं? अंदोलन जित के जावे जी भला 6 महीने लग जा, अंदोलन एडा ढिला नहीं है, अंदोलन तेज तो तेज ही हो जाता। कल जोड़ा क्या 5-4 हज़ार ट्रैक्टर ने मार्च किया तो सरकार के पैर हिल गए इस टाइम सादे आ मीटिंगों भी साढ़े ना मीटिंग करो। हाँ जी, 50 हज़ार ट्रैक्टर का परले बार्डर से खड़ा वा, 50 हज़ार ट्रैक्टर 50 इधर खड़ा, बहुत दुनिया नूं तां चा हरियाणे वाले पंजाब उत्तराखंड सब भाई भाई आ, बहुत इज्जत करते पंजाब वालों, बड़े वड्डे भरा कह के बुलाउंदे आ, इन्नी इज्जत करते बेहाल। आपां तां ना इहो जिहा वेख्या ही, अगे ना गां वेखणा, सन 84 च भी अही ਉਹ ਕਾਂਡ ਵੇਖਿਆ ਪਰ ਉਦੋਂ ਵੀ ਬਹੁਤ ਉਦੋਂ ਨਹੀਂ ਸੀ ਮੀਡੀਆ, ਇਸ ਟਾਈਮ ਮੀਡੀਆ ਹੈਗਾ, ਮੀਡੀਆ ਦੇ ਕਾਰਨ ਬਹੁਤ ਲੋਕਾਂ ਦਾ ਕਹਿੰਦੇ ਵੀ ਉੱਥੇ ਆਏ ਹਾਂ ਉੱਥੇ ਠੰਡ ਆ, ਉੱਥੇ ਪਾਲੇ ਮਰ ਜਾਣਗੇ, ਉੱਥੇ ਇੱਥੇ ਤਾਂ ਘਰੇ ਪਦਾਰਥ ਉਹ ਨਹੀਂ ਮਿਲਦੇ ਜਿਹੜੇ ਇੱਥੇ ਮਿਲਦੇ ਆ। ਠੰਡ ਦੀ ਤਾਂ ਤੁਸੀਂ ਗੱਲ ਛੱਡੇ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਠੰਡ ਕਿੰਨੀ ਕੁ ਲੱਗ ਰਹੀ ਆ ਬਜ਼ੁਰਗਾਂ ਨੂੰ? ਆਹ ਵੇਖ ਲਾ, ਥੱਲੇ ਦੇਖ ਲਓ, ਅੱਧ ਅਤੇ ਬਾਹਾਂ ਵੀ ਅੱਧੀਆਂ ਹੀ ਨੇ। 53 ਸਾਲ ਦੀ ਮੇਰੀ ਉਮਰ ਆ, ਮੈਨੂੰ ਤਾਂ ਨਹੀਂ ਪਾਲਾ ਲੱਗਦਾ ਯਾਰ, ਕਈ ਜਾਂਦੇ ਹੋਣਗੇ ਇੱਥੇ ਬੈਠੇ, ਆਹ ਵੇਖ ਲਓ ਕੱਪੜੇ ਧੋਨੇ ਆ, ਕਿੰਨਾ ਵਧੀਆ ਕੰਮ ਚੱਲ ਰਿਹਾ। ਜ ਬਿੰਦਕ ਨੂੰ ਉੱਥੇ ਬਾਰਡਰ 'ਤੇ ਜਾਵਣ ਦਾ, ਉੱਥੇ ਸੇਵਾ ਕਰੀ ਜਾਣੀ, ਲੰਗਰ 'ਚ ਕਰਨ ਵੀ ਆਪਾਂ ਸੇਵਾ ਹੀ ਆਏ ਹਾਂ, ਅੰਦੋਲਨ ਤਾਂ ਨਹੀਂ ਲੜਿਆ ਜਾਣਾ ਜੇ ਆਪਾਂ ਸੇਵਾ ਕਰਾਂਗੇ, ਬੈਠ ਕੇ ਤਾਂ ਖਾਣ ਨਾ ਆਏ ਨਹੀਂ। ਬਹੁਤ ਵਧੀਆ ਲੱਗਦਾ ਜੀ, ਆਪਣਾ ਤਾਂ ਮਨ ਬਹੁਤ ਖੁਸ਼ ਆ, ਸੇਵਾ ਕਰਨ 'ਚ ਵੀ ਗਾਂ ਹੋਰ ਲੰਗਰਾਂ 'ਚ ਜਾ ਕੇ ਸੇਵਾ ਕਰਨ 'ਚ ਵੀ ਆਪਣਾ ਤਾਂ ਮਨ ਖੁਸ਼ ਆ। ਆਪਾਂ ਤਾਂ ਕਹਿੰਦੇ ਵੀ ਵੱਧ ਤੋਂ ਵੱਧ ਆਓ, ਜੇ ਕਿਸੇ ਨੂੰ ਲੋੜ ਆ 2-4 ਦਿਨ ਘਰ ਮੁੜ ਜਾਓ, ਫਿਰ ਇੱਥੇ ਆ ਜਾਓ। ਲੋਕ ਸਭ ਤੋਂ ਇੱਥੇ ਸਿੱਧੂ ਸੰਘੂ ਬਾਰਡਰ 'ਤੇ ਇੱਕ 8 ਮਹੀਨੇ ਦਾ ਬੱਚਾ, ਉਹਦਾ ਮਾਂ ਪਿਓ ਬੱਚਾ ਨਾਲ ਲੈ ਕੇ ਆਏ, ਕੱਲ੍ਹ ਬੜੇ ਖੁਸ਼ ਹੋਏ। ਕੱਲ੍ਹ ਉਹਨਾਂ ਨੂੰ ਕਈਆਂ ਨੇ ਉਹ 8 ਮਹੀਨੇ ਦੇ ਬੱਚੇ ਨੂੰ ਮਾਨ ਵੀ ਦਿੱਤਾ ਵੀ ਸਭ ਤੋਂ ਛੋਟੀ ਉਮਰ 'ਚ ਇਹ ਕਹਿੰਦਾ ਅੰਦੋਲਨ ਦੀ ਲੜਾਈ ਲੜ ਰਿਹਾ, ਅਤੇ ਇੱਕ 85 ਸਾਲ ਦਾ ਬਜ਼ੁਰਗ ਵੇਖਿਆ, ਜਾਣੀ ਕਿ ਬਹੁਤ ਕਿੱਥੇ 8 ਮਹੀਨਿਆਂ ਦਾ ਬੱਚਾ ਅਤੇ 85 ਸਾਲਾਂ ਦਾ ਕਹਿੰਦਾ ਬਜ਼ੁਰਗ ਇੱਥੇ ਅੰਦੋਲਨ 'ਚ ਹਾਜ਼ਰ ਆ, ਇਦੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਆ। ਅਸੀਂ ਤਾਂ ਬਹੁਤ ਖੁਸ਼ ਹਾਂ ਭਰਾਵੋ, ਇੱਥੇ ਵੱਧ ਤੋਂ ਵੱਧ ਆਓ, ਸੇਵਾ ਕਰੋ, ਤਨ ਮਨ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਆ ਬਾਬਾ, ਚਲੋ ਜੀ, ਹੁਣ ਤੁਸੀਂ ਦੇਖ ਹੀ ਲਿਆ ਬਾਬਾ ਜੀ ਦੇ ਮਨ ਦੀ ਵਿਚਾਰ, ਤੁਹਾਨੂੰ ਬਾਬਾ ਜੀ ਨੇ ਪੂਰੀ ਗੱਲ ਦੱਸਤੀ ਵੀ ਜੋ ਮੀਡੀਆ ਇਹ ਵੀ ਗਲਤ ਨਿਊਜ਼ ਦੇ ਰਿਹਾ, ਅਤੇ ਜੋ ਠੰਡ ਕਹਿ ਰਹੇ ਨੇ, ਠੰਡ ਤਾਂ ਬਿਲਕੁਲ ਨਹੀਂ, ਤੁਸੀਂ ਬਾਬਾ ਜੀ ਦੇ ਕੱਪੜਿਆਂ ਤੋਂ ਅੰਦਾਜ਼ਾ ਲਾ ਲਿਆ ਹੋਣਾ। ਦੂਜਾ ਜੋ ਉਹ ਪਾਣੀ ਆ, ਪਾਣੀ ਨਾਲ ਹੀ ਕੱਪੜੇ ਧੋਤੇ ਜਾਂਦੇ ਆ, ਪਾਣੀ 'ਚ ਤਾਂ ਆਪਾਂ ਨੂੰ ਉਹ ਵੀ ਪਤਾ ਵੀ ਠੰਡ ਲੱਗਦੀ ਆ, ਪਰ ਇੱਥੇ ਜੋ ਠੰਡ ਆ ਅਸੀਂ ਵੀ ਮਹਿਸੂਸ ਕਰੀਏ ਵੀ ਠੰਡ ਪੰਜਾਬ ਦੇ ਮੁਕਾਬਲੇ ਸਿਰਫ 30% ਹੀ ਠੰਡ ਆ ਉਰੇ ਤੋਂ। ਜਿਹੜੇ ਮੇਰੇ ਵੀਰ ਭਾਈ ਹਾਲੇ ਵੀ ਬੈਠੇ ਨੇ ਘਰੇ, ਉਹਨਾਂ ਦੇ ਪਰਿਵਾਰ 'ਚੋਂ ਹਰੇਕ ਪਰਿਵਾਰ 'ਚੋਂ ਜੇ ਹੋ ਸਕਦਾ ਤਾਂ ਇੱਕ ਬੰਦਾ ਤਾਂ ਜ਼ਰੂਰ ਆਵੇ ਉਰੇ, ਅਤੇ ਪੱਕਾ ਰਹੇ, ਜੇ ਉਹਨੂੰ ਕੰਮ ਪੈਂਦਾ ਤਾਂ ਉਹ ਵਾਪਸ ਚਲੇ ਜਾਵੇ ਅਤੇ ਫਿਰ ਆ ਜਾਵੇ ਇੱਥੇ। ਇੱਧਰ ਤੁਸੀਂ ਜੋ ਪੂਰਾ ਵਿਊ ਦੇਖ ਸਕਦੇ ਹੋ, ਹੋਰ ਸੇਵਾਦਾਰ ਵੀਰ ਵੀ ਇੱਧਰ ਵਾਸ਼ਿੰਗ ਮਸ਼ੀਨ 'ਤੇ ਲੱਗੇ ਹੋਏ ਨੇ, 2-3-4-5 ਵਾਸ਼ਿੰਗ ਮਸ਼ੀਨਾਂ ਨੇ ਜੋ ਇੱਥੇ ਨੇ, ਅਤੇ ਸੇਵਾ ਜ਼ੋਰਾਂ ਨਾਲ ਪੂਰੇ ਚੱਲ ਰਹੀ ਹੈ। ਇਹਦੇ ਬੈਕ ਸਾਈਡ 'ਤੇ ਹੀ ਜੋ ਕੌਫੀ ਕੈਫੇ, ਕਿਸਾਨ ਕੌਫੀ ਕੈਫੇ ਆ, ਇੱਥੇ ਕੌਫੀ ਦਾ ਲੰਗਰ ਚੱਲ ਰਿਹਾ, ਤੁਸੀਂ ਦੇਖ ਸਕਦੇ ਹੋ। ਲੰਗਰਾਂ ਦੀ ਤਾਂ ਤਕਰੀਬਨ ਕਿਸੇ ਚੀਜ਼ ਦੀ ਘਾਟ ਨਹੀਂ, ਇਹ ਵਾਸ਼ਿੰਗ ਮਸ਼ੀਨਾਂ ਇਕੱਲੀਆਂ ਸਿਰਫ ਇੱਥੇ ਹੀ ਨਹੀਂ, ਇਹ ਜੋ ਮੇਨ ਸਟੇਜ ਆ ਉਹਦੀ ਬੈਕ ਸਾਈਡ, ਅਤੇ ਮੇਨ ਸਟੇਜ ਤੋਂ ਬੈਕ ਸਾਈਡ, ਅਤੇ ਇੱਕ ਉੱਥੇ ਸਾਈਡ 'ਤੇ ਜਗ੍ਹਾ ਉੱਥੇ ਵੀ ਨੇ। ਬਾਕੀ ਸਾਨੂੰ ਥੋੜ੍ਹੇ ਦਿਨ ਤੁਹਾਨੂੰ ਪਤਾ ਘੱਟ ਹੋਏ ਨੇ ਆਇਆਂ ਨੂੰ, ਸਾਨੂੰ ਹਾਲੇ ਪੂਰਾ ਨਹੀਂ ਪਤਾ। ਵਾਸ਼ਿੰਗ ਮਸ਼ੀਨਾਂ ਫਿਰ ਵੀ ਬਹੁਤ ਥਾਵਾਂ 'ਤੇ ਜੋ ਲੱਗੀਆਂ ਹੋਈਆਂ ਨੇ। ਜੋ ਲੋਕੇਸ਼ਨ ਹੈ ਇਹਦੀ, ਜੋ ਤੁਸੀਂ ਦੇਖ ਸਕਦੇ ਹੋ, ਜਿੱਧਰ ਵਾਸ਼ਿੰਗ ਮਸ਼ੀਨਾਂ ਨੇ ਉਹਦੀ ਓਪੋਜ਼ਿਟ ਸਾਈਡ 'ਤੇ ਜੋ ਬ੍ਰੈਡ ਆ ਮੋਰਨਿੰਗ, ਇੱਧਰ ਜੋ ਬ੍ਰੈਡ ਨੇ ਇਹ ਵੀ ਚੱਲ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਜੋ ਇੱਧਰ ਬ੍ਰੈਡਾਂ ਦਾ ਲੰਗਰ ਵੀ ਨਾਲ ਦੀ ਨਾਲ ਚੱਲ ਰਿਹਾ, ਇਹਦੀ ਜੋ ਲੋਕੇਸ਼ਨ ਹੈ ਬਿਲਕੁਲ ਬੈਕ ਸਾਈਡ ਆਪਣੇ ਕਿਸਾਨ ਕੌਫੀ ਕੈਫੇ ਨਾਲ ਹੀ ਵਾਸ਼ਿੰਗ ਮਸ਼ੀਨਾਂ ਨੇ। ਇੱਧਰ ਜੋ ਤੁਸੀਂ ਲੋਕੇਸ਼ਨ ਦੇਖਣ ਲਈ ਆਉਣੇ, ਬੜੀਆਂ ਸਾਰੀਆਂ ਟਾਵਰਾਂ ਨੇ, ਲੋਟਸ ਤੋਂ ਥੋੜ੍ਹਾ ਜਿਹਾ ਅੱਗੇ ਲੋਕੇਸ਼ਨ ਹੈ ਇਹਦੀ ਬੈਕ ਸਾਈਡ, ਜੋ ਉੱਧਰ ਜੋ ਹੈਗਾ ਨਹਾ ਰਹੇ ਨੇ ਬੰਦੇ, ਇਸ਼ਨਾਨ ਕਰ ਰਹੇ ਨੇ, ਉਹਨਾਂ ਲਈ ਜਗ੍ਹਾ ਬਣੀ ਹੈ, ਅਤੇ ਇਹਦੇ ਬੈਕ ਸਾਈਡ ਹੀ ਉਹ ਸਾਈਡ 'ਤੇ ਜੋ ਟੋਇਲਟਸ ਨੇ, ਸੈਮੀ ਪਰਮਾਨੈਂਟ ਟੋਇਲਟਸ ਬਣਾਈਆਂ ਗਈਆਂ ਨੇ। ਜੋ ਇਹ ਵੈਸੇ ਲੋਕੇਸ਼ਨ ਹੈ ਇਹ ਮੰਦਰ ਦੀ ਆ, ਉੱਥੇ ਮੰਦਰ ਆ, ਤੁਸੀਂ ਦੇਖ ਸਕਦੇ ਹੋ। ਇੱਧਰ ਜੋ ਪ੍ਰਸ਼ਾਦਾ ਪਾਣੀ ਵੀ ਚੱਲਦਾ ਬਾਅਦ 'ਚ ਸਵੇਰੇ ਬ੍ਰੈਡ, ਅਤੇ ਉੱਧਰ ਪੱਕਾ ਕਿਸਾਨ ਕੌਫੀ ਕੈਫੇ, ਅਤੇ ਇੱਧਰ ਵਾਸ਼ਿੰਗ ਮਸ਼ੀਨਾਂ ਨੇ।
हैलो हैलो हुण तुहानूं एक होर खास चीज़ दिखाउण जा रहे हैं। तुसीं देख सकते हो भी इत्थे प्रबंध जो पूरे पुख्ता हो रहे हैं। आटा गुन्नण वालीआं मशीनां भी लग गईआं। आपां वीर जी तों पुछांगे, देखण नूं आटा सिंपल नहीं लग रहा, इदां लग रहा शायद जिवें परौंठे नाल पुछदे आं। बाई जी नाल, बाई जी गल बाई आ केड़ा आटा गुन्ने जी आपां? ਵੀ ਕੀ ਆ, ਸਿੰਪਲ ਤਾਂ ਲੱਗਨੇ ਆ, ਇਦਾਂ ਲੱਗਦਾ ਜਿਵੇਂ ਪਰੌਂਠਿਆਂ ਦਾ। ਹਾਂ ਪਰੌਂਠੇ ਮੂਲੀਆਂ ਪਾ ਕੇ। ਅੱਛਾ ਜੀ, ਇਹ ਪਰੌਂਠੇ ਫਿਰ ਸਾਰਾ ਦਿਨ ਹੀ ਚੱਲਦੇ ਆਪਣੇ? ਨਹੀਂ ਨਹੀਂ, ਇਹ ਸਵੇਰੇ ਸਵੇਰੇ। ਅੱਛਾ ਜੀ, ਤਾਂ ਫਿਰ ਆਪਣਾ ਦਿਨ 'ਚ ਸਾਰਾ ਕੀ ਕੀ ਚੱਲਦਾ ਉਰੇ ਲੰਗਰ 'ਚ? ਉਰੇ ਤਾਂ ਸਬਜ਼ੀ ਹੁੰਦੀ ਹੈ ਤਰੀ ਵਾਲੀ, ਕਈ ਵਾਰੀ ਸੁੱਕੀ ਸਬਜ਼ੀ, ਖੀਰ ਬਣਾਉਂਦੇ ਹੈ, ਅੱਜ ਪ੍ਰਸ਼ਾਦ ਬਣਾਇਆ ਹੈ। ਦੇਖਣ ਨੂੰ ਪਕੌੜੇ ਵੀ ਨਜ਼ਰ ਆ ਰਹੇ ਨੇ। ਪਕੌੜੇ ਇਹ 7 ਤੋਂ 10 ਤੱਕ ਪਕੌੜੇ ਚੱਲਦੇ ਆ। ਅੱਛਾ, 7 ਤੋਂ 10 ਤੱਕ ਪਕੌੜੇ। ਗੋਭੀ ਦੇ, ਬ੍ਰੈਡ, ਪਾਲਕ ਦੇ। लंगर पूरा देख सकते हो, इधर पकौड़े बने पए ने, लंगर दी उधर काले छोले तैयार हो रहे ने, परौंठे बन गए इधर पूरे, जो लंगर च सेवादार चल रहे ने तुसी देख सकते हो। उधर जो परौंठे लै रहे ने, इधर चाह का लंगर भी नाल दी नाल चल रहा। इधर तुसी देख सकते हो जो सरकार वालों किसानों नूं रोकण लई बैरीगेट लाए गए सी, इधर ट्रैक्टर पिछे पाए हुए ने 71-72 क्रैक महकमा। ये जो किसानों ने अपना ट्रैफिक कंट्रोल करने लई ट्रैक्टर के पिछे बैरीगेट पा के विचाले ला के ट्रैफिक कंट्रोल कर रहे हैं, क्योंकि जो इतने ट्रैफिक की थोड़ी समस्या ज़्यादा हो रही है, रोंग साइड जाने लोग इन्हें देखो तुम विचाले लाते पूरा प्रबंध कर रहे हैं। किसानों जो बैरीगेट रोकने की कोशिश कर रहे थे, अज उ किसानों ने वरतों च लिया के सिरा कराती गलबात। तुम ट्रैक्टर देख सकते हो, ट्रैक्टर भी इतने जट्टा ने A1 क्लास रखे ने, जिन्होंने गोदी मीडिया दस रहा भी ये तो जो किसान नहीं, गोदी मीडिया ये नहीं पता भी जट्टा के घर च करोड़ करोड़ के झोटे भी खड़े ने ट्रैक्टर के नाल। कुछ लोग कहते भी किसान जो इतने पिकनिक मनाउन आया, ठीक है ना, सारिया पंजे उंगलां बंदे दियां बराबर दियां नहीं हुंदियां, सब च फर्क हुंदा। जिहड़े कहते पिकनिक मनाउन आए ने उन्हां नूं मैं एक चीज़ होर भी दिखाउणा चाहुंदा, भुख हड़ताल जो श्री फतेहगढ़ साहिब वल्लों लगी आ, खेतीबाड़ी दे काले कानूनां नूं वापस लवो, भुख हड़ताल उन्हां नूं दस दईए भी जो पिकनिक आ उह 'च बंदे भुखे नहीं रहिंदे हैगे। नाले पिकनिक एक दिन दिंदे आ किसानां नूं, तकरीबन 2 महीने हो गए बैठिआं नूं, उन्हां नूं दस दईए भी इन्ना तां जिहड़ा ट्रिप आ उह वी नहीं हुंदा। आ जाओ बाई जी नाल गल्लबात करदे आं आपां। ਪੁੱਛੇ ਬਾਈ ਕਿੰਨੇ ਦਿਨ ਹੋ ਗਏ ਆਪਾਂ ਨੂੰ? ਅਸੀਂ ਤਾਂ ਲਗਭਗ ਸਰ ਇੱਥੋਂ 28 ਤਰੀਕ ਦੇ ਬੈਠੇ ਹਾਂ, ਤਾਂ ਅੱਜ ਜੋ ਅਸੀਂ ਸਾਡੇ ਨੌਜਵਾਨ ਵੀਰਾਂ ਬਜ਼ੁਰਗਾਂ ਨੇ ਰਲ ਕੇ ਜਿਹੜਾ ਅਸੀਂ ਕਿਹਾ ਵੀ ਜੇ ਮੋਦੀ ਸਰਕਾਰ ਨਾਲ ਜਿਹੜੀ ਅੱਜ ਮੀਟਿੰਗ ਰੱਖੀ ਹੈ ਵੀ ਕਿ ਜੇ ਕੋਈ ਸਾਡਾ ਹੱਲ ਨਿਕਲਦਾ ਠੀਕ ਹੈ, ਨਹੀਂ ਅੱਜ ਅਸੀਂ 3-4 ਨੌਜਵਾਨਾਂ ਨੇ ਭੁੱਖ ਹੜਤਾਲ ਦਾ ਅਤੇ ਇੱਕ ਸਾਡੇ ਨਾਲ ਬਜ਼ੁਰਗ ਜੀ ਨੇ ਬਾਬਾ ਜੀ ਨਾਲ ਭੁੱਖ ਹੜਤਾਲ ਦਾ ਜਿਹੜਾ ਅਸੀਂ ਐਲਾਨ ਕੀਤਾ ਹੈ। ਅਸੀਂ ਸਵੇਰੇ 8 ਵਜੇ ਤੋਂ ਭੁੱਖ ਹੜਤਾਲ 'ਤੇ ਬੈਠੇ ਹਾਂ, ਦੇਰ ਰਾਤ ਤੱਕ ਚੱਲਾਂਗੇ, ਕੱਲ੍ਹ ਨੂੰ ਵੀ ਇਹੀ ਰਹੇਗਾ। ਜੇ ਮੋਦੀ ਸਰਕਾਰ ਕੋਈ ਸਾਡੇ ਕਿਸਾਨਾਂ ਦਾ ਹੱਲ ਨਹੀਂ ਕੱਢੇਗੀ, ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਅਤੇ ਗੱਲ ਇੱਕ ਹੋਰ ਵੀਰ ਜੀ, ਜਿਹੜੇ ਬੰਦੇ ਕਹਿੰਦੇ ਨੇ ਵੀ ਕਿਸਾਨ ਪਿਕਨਿਕ 'ਤੇ ਆਏ ਆ, ਉਹਨਾਂ ਨੂੰ ਤੁਸੀਂ ਮੂੰਹ 'ਤੇ ਉਹਨਾਂ ਦੇ ਕਰਾਰੀ ਚਪੇੜ ਮਾਰੀ ਆ ਜੋ ਭੁੱਖ ਹੜਤਾਲ ਰੱਖ ਕੇ ਵੀ, ਕਿਉਂਕਿ ਜੋ ਪਿਕਨਿਕ ਹੁੰਦੀ ਆ ਉੱਥੇ ਖਾਣ ਪੀਣ ਦਾ ਮਨੋਰੰਜਨ ਦਾ ਹੁੰਦਾ, ਨਾ ਕਿ ਭੁੱਖ ਹੜਤਾਲ ਰੱਖੀ ਜਾਂਦੀ ਆ। ਬਿਲਕੁਲ ਜੀ, ਬਿਲਕੁਲ ਸਰ, ਬਿਲਕੁਲ। ਜਿਹੜੀ ਇਹ ਕਹਿ ਰਹੇ ਨੇ ਪਿਕਨਿਕ 'ਚ ਤਾਂ ਇੰਜੋਏ ਕੀਤਾ ਜਾਂਦਾ, ਸਭ ਤੋਂ ਵੱਡੀ ਗੱਲ ਇਹ ਹੈ ਅਸੀਂ ਭੁੱਖ ਹੜਤਾਲ 'ਤੇ ਬੈਠੇ ਹਾਂ, ਸਾਡੀ ਕਾਹਦੀ ਪਿਕਨਿਕ ਹੈ? ਸ਼ਰਮ ਚਾਹੀਦੀ ਹੈ ਗੱਲ ਕਰਨ ਲੱਗੇ ਹਾਂ ਵੀ ਗੱਲ ਵੀ ਇਹ ਕਿਹੋ ਜਿਹੇ ਮਾਹੌਲ 'ਤੇ ਲੋਕ ਗੱਲ ਕਰਦੇ ਨੇ, ਇਹ ਸਾਰੇ ਗੋਦੀ ਮੀਡੀਆ ਦਾ ਉਹ ਹੈ। ਪਰ ਜਿਹੜਾ ਸਾਡਾ ਇੱਕ ਹੋਰ ਪਾਸੇ ਵੀ ਕਹਿੰਦੇ ਸੀ ਸਾਡੇ ਪੰਜਾਬ ਦੇ ਨੌਜਵਾਨ ਨਸ਼ੇੜੀ ਦੱਸਦੇ ਸੀ, ਕਿਹੜਾ ਨਸ਼ੇੜੀ ਹੈ? ਹੁਣ ਆਹ ਦੇਖ ਲਓ ਸੜਕਾਂ ਦੇ ਉੱਪਰ ਨੌਜਵਾਨ ਆ ਸਾਡਾ, ਬਜ਼ੁਰਗਾਂ ਦੇ ਨਾਲ ਆਏ ਆ ਨੌਜਵਾਨ ਬੈਠੇ ਆ, ਦਿਨ ਰਾਤ ਇੱਕ ਕਰ ਰਹੇ ਹਾਂ ਵੀ ਅੱਜ ਕਿੱਥੇ ਨਸ਼ੇੜੀ ਗਏ? ਇਹ ਜੋ ਹੈ ਸਾਰਾ ਸਰਕਾਰਾਂ ਦੀਆਂ ਚਾਲਾਂ ਹੈ, ਸਾਡੇ ਨੌਜਵਾਨਾਂ ਨੂੰ ਬਦਨਾਮ ਕਰ ਰਹੀਆਂ ਨੇ। ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਜੇ ਹੱਲ ਕਰਨਾ ਤਾਂ ਕਰ ਲੈ,
नहीं ये तिखा असी जिहड़ा संघर्ष है कविड़ देना फिर वक्त पाऊगा तो इनू असी घरों एका करके आए हाँ मतलब जो भी होगा असी मतलब अपनी जी आप हाँ कार्रवाई रंभांगे। तो एक होर गल जो कहते भी किसान पढ़े लिखे नहीं तुम इधर देख सकते हो जो सब तो खास गल इतने अखबार ही किसानों ने अपना कढ लिया क्योंकि जो मीडिया वह फेक न्यूज़ दे रहा इसलिए किसानों ने हर ट्राली की आवाज़ इस अखबार च लिखी आ ते इधर तुसी बाकी सारा देख सकते हो व्यू। जो तुसी लंगरां दी घाट देखिया बिल्कुल नहीं इधर अज बाई जी उन्होंने आप कई जन हो गए प्रशादा पानी इतों ही छकते ट्राली अपने इन्हों के नज़दीक खड़ी आ जो प्रशादा पानी वो ए क्लास इधर अज चल रहा दही दही की क्वालिटी वह जो आप रेस्टोरेंट खाने ना दही सिंपल दही नहीं बिच प्याज टमाटर बूंदी सैलड पा के बनाई आ इधर छोले तो इधर जो प्रशादा पानी आन चलते ने कद चलती उरे रुमाली रोटी जो सिंपल रोटी आप घर खाने वो तो उरे देखने बहुत घट लंगर मिलू जो हलवाई ने वह सब लंगर के नाल आए ने नाल चाह तो इधर लस्सी इधर जो पानी आ पानी की जो कहते कमी आजू वह भी इतने पानी रॉयल स्टैग बिसलेरी जो बोतल वाला पानी सारे लंगर से चल रहा आज बाई जी ने गलबात करते भी किन्ने दिन हो गए लंगर चलते ब्रेक किन्ने दिन हो गए हाँ जी दस बारह दिन हो गए अच्छा जी दस बारह दिन हो गए जिहड़ा कट्ठा देख के की लगता भी किन्ने कु बंदा उरे हैगा अपने संघर्ष च देख सकते हो हले वीर भाई जो रहिंदे ने साडे ओह भी उरे आउण जरूर हरेक परिवार का एक मैंबर तो तकरीबन आना चाहिए तुसी लंगर का पोस्टर तो देख सकते हो आ पिंड लंगर चल रहा ए वन लंगर ने ए क्लास लंगर ने सारे जड़े इतने धरने चल रहे हैं थोड़ा कोई प्रॉब्लम खाण पीन की दिक्कत नहीं आऊगी। लो जी आप एक होर जो गल ज्यों ज्यों आप अगे बढ़ रहे हैं डेली के रहन फर्क पैंदा थोनू भी पता हूँ अज एक होर चीज़ जो खास देखने को मिली नाल दी नाल सेहत का ख्याल भी उरे रखने लिए वीरां ने लंगर ग्रीन टी का ही लाता कहिंदे भी जिहड़े बंदे फिट रहना चाहुंदे ओह ग्रीन टी पीओ नहीं कॉफ़ी तो चाह तो चले रही है चारे पासे। इधर होर एक कदम वीरां वल्लों पुट्टिया गया जो जिम की मशीन आ ये मशीन इदां दी आ इह च सारियां एक्सरसाइजां ने सारे बॉडी पार्ट्स की एक्सरसाइज एक मशीन पर लग जाती हुण आपां वीर जी नाल गलबात करदे आ भी इन्हां दा ग्रीन टी लाउण दा मकसद की आ। हाँ जी वीर जी दसो वीर जी ग्रीन टी का मकसद है भी जिदा साड़ी संगत घ्यो के आल अटरम पटरम तुहानू पता गुरु का लंगर ये तो चल रहा गुरु का लंगर तुहानू पता बाबे की कृपा का वड्डे तदार से चलन दिया वा तो ये सेहत का भी एक सेहत सैट रहूगी इस करके अं सोचा ग्रीन टी का लंगर लाइए साढ़े तरन तारण सारा ग्रुप तरन तारण अं सेरों तो आए हाँ अलग अलग पिंड तो अं ये सेवा चुकी है जी ये जिन्ना चिर जंग नहीं जितांगे ये ग्रीन टी का लंगर इदा रहूगा जंग जित के वापस जावांगे। तुसी देख सकते हो लो जी इधर बाबा जी नाल भी आपां गलबात करदे आं सारे तुसी देखो बजुर्ग बैठे ने सारे नौजवान बजुर्गों का साथ दे रहे ने तुसी देख लो आपां इन्हां नाल गलबात करदे आं। हाँ जी बाबा जी तुसी दसो जो मार्च चल रहा जो थोड़े दिल च गल तुसी लोकां तक पहुंचाउणी चाहोगे। वाहिगुरू जी की फतेह। जो मोदी सरकार कर रही आ अपने लिए किसानां लई बहुत माड़ा कर रही आ इहनूं दबाउण वास्ते आपां जद तक खत्म नहीं हुंदा काम उन्हां चिर इत्थे लंगर लाई रखांगे। वाहिगुरू जी खालसा वाहिगुरू जी की फतेह। ये जो हुण जिम्मां नाल दी नाल मोर्चे दे तैयारियां भी हो रही ने एक्सरसाइजा नाल दी नाल ने जो लग रही ने मोर्चे ते बाइयां दी लिप्टन दी चाह पी के कहिंदे एक्सरसाइज लाओ तलिया होया क्योंकि बहुत ज़्यादा चल रहा उरे उहदे लई इसलिए फिट रहना भी जरूरी आ। हैलो हैलो आ जाओ जी हुण आपां बाइयां नाल गल करदे आ। बाई कित्थों दे ने कित्थों दे हो जी?
कैथल का जी बाई ने जो हरियाणे तो ने इन्होंने गजरेले का लंगर लाया आप गलबात करते हैं भी गजरेले का लंगर चलते कि टाइम हो गया ये अच दस दिन हो रही मतलब डेली गजरेले का लंगर चलता हाँ डेली एक टाइम का ठीक है एक टाइम गजरेले का चलता थोड़े कहना चाहोगे मैं कहा मैं दो भाई भाई मिल रहे हैं महाराज तो हक लेकर जाना इन्हू जाना नहीं है ते जो सरकार पंजाब हरियाणा के नाम से मुढ़ तो लड़ाई करा के आ रही है बारे की कहना बारे सरकार तो मतलब सारी गंदी हैगी बिलकुल हमने तो हमारा हक लेके जाना है ते जो सरकार आपां वैसे लड़ा रही है पानी दे बदले भी पंजाब पानी नहीं दे रहा तो इधर हरियाणा सरकार कह रही है उधरों पंजाब सरकार कह रही है उसके बारे की विचार ने थोड़े क्योंकि हुण पंजाबी ते हरियाणवी दोए इकट्ठे हो गए हाँ जी हमने पानी का कोई मतलब नहीं हमारा भाई है हमने जरूरत पड़ेगी तो पानी का कोई घाटा नहीं है वो तो हमारा भाई है ठीक हमने पानी की मतलब नहीं है हमने तो हमारा हक चाहिए बस कर बंद
ਇਦਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਦੱਸੋ ਵੀ ਤੁਹਾਨੂੰ ਜੋ ਹੋਏ ਲੁੱਟਮਾਰ ਹੋ ਰਹੀ ਆ ਤੁਸੀਂ ਇਹਦੇ ਨਾਲ ਐਗਰੀ ਹੋ ਜਾਂ ਨਹੀਂ ਜਾਂ ਹਾਲੇ ਵੀ ਤੁਹਾਡੇ ਅੱਖਾਂ ਤੇ ਪੱਟੀ ਬੰਨੀਆਂ ਤੇ ਹੁਣ ਮੈਂ ਤੁਹਾਨੂੰ ਜੋ ਕੈਮਰਾਮੈਨ ਆ ਮੇਰੇ ਸਾਥੀ ਗੁਰੀ ਉਹਨੇ ਜੋ ਵੀਡੀਓ ਬਣਾਉਣ ਚ ਆਪਣੀ ਸਹਾਇਤਾ ਕੀਤੀ ਆ ਉਹਦਾ ਵੀ ਆਪਾਂ ਤੁਹਾਨੂੰ ਫੇਸ ਦਿਖਾਉਂਦੇ ਆ ਹੋ ਗਿਆ ਇਹ ਆਪਣਾ ਵੀਰ ਗੁਰੀ ਇਹ ਵੀ ਆਪਣਾ ਪਿੰਡ ਦੈੜੂ ਤੁਈਆਂ ਜੋ ਆਪਣਾ ਪੂਰਾ ਸਾਥ ਦੇ ਰਿਹਾ ਵੀਡੀਓ ਬਣਾਉਣ ਚ ਦਿੱਲੀ ਮੋਰਚੇ ਤੇ ਜੋ ਦਿੱਲੀ ਚ ਕੁਝ ਖਾਸ ਗੱਲਾਂ ਅਜਿਹੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜੋ ਤੁਸੀਂ ਸੋਚ ਨਹੀਂ ਸਕਦੇ ਹੁਣ ਤੁਹਾਨੂੰ ਇੱਕ ਟਰਾਲੀ ਆ ਉਹ ਦਿਖਾਵਾਂਗੇ ਜੀ ਚ ਕੀ ਟੀਵੀ ਵੀ ਚੱਲ ਰਿਹਾ ਅੰਦਰ ਟਰਾਲੀ ਦੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਜਾਓ ਇੱਧਰ ਤੁਸੀਂ ਮੈਂ ਦਿਖਾ ਰਿਹਾ ਕੈਮਰਾ ਰੋਲ ਕਲਕੇ ਆਹ ਦੇਖੋ ਜੋ ਆਜੋ ਹੁਣ ਆਪਾਂ ਟਰਾਲੀ 'ਚ ਦਿਖਾਉਂਦੇ ਹਾਂ ਤੁਹਾਨੂੰ ਇੱਧਰ ਠੰਡਾ ਜਲ ਜੋ ਟਰਾਲੀ 'ਚ ਲੱਗਿਆ ਇੱਧਰ ਅੱਗੇ ਪੂਰਾ ਜੋ ਵਿਊ ਟਰਾਲੀ ਦਾ ਇੱਧਰ ਦੇਖ ਸਕਦੇ ਹੋ ਜੋ ਟਰਾਲੀ 'ਚ ਮਨੋਰੰਜਨ ਦਾ ਵੀ ਨਾਲ ਦੀ ਨਾਲ ਜੋ ਪ੍ਰਬੰਧ ਆ ਵੀ ਬੰਦਾ ਬੋਰ ਨਾ ਹੋ ਸਕੇ LED TV ਟਰਾਲੀ 'ਚ ਚੱਲ ਰਿਹਾ ਇੱਧਰ ਜੋ ਟੈਂਟ ਹਾਊਸ ਨੇ ਉਹ ਵੀ ਲਾਏ ਗਏ ਨੇ ਵੀ ਕਿਸੇ ਚੀਜ਼ ਦੀ ਜੋ ਕਮੀ ਨਹੀਂ ਆ ਉਰੇ ਮੀਂਹ ਕਣੀ ਹਨੇਰੀ ਜੋ ਮਰਜ਼ੀ ਆ ਜਾਵੇ ਉਰੇ ਕੋਈ ਤੁਹਾਨੂੰ ਦਿੱਕਤ ਨਹੀਂ ਆਊਗੀ ਤੁਸੀਂ ਦੇਖ ਸਕਦੇ ਹੋ ਪਹਿਲੀ ਗੱਲ ਤਾਂ ਜੋ ਕੌਫੀ ਦੇ ਨਾਲ ਰਸ ਤੇ ਇੱਧਰ ਜੋ ਪਿੰਨੀਆਂ ਨੇ ਪਿੰਨੀਆਂ ਖੋਏ ਦੀਆਂ ਤੇ ਇਹਨਾਂ ਦੇ ਵਿੱਚ ਕਾਜੂ ਬਦਾਮ ਤੇ ਬਹੁਤ ਸਾਰਾ ਹੋਰ ਸਮਾਨ ਆ ਵੀ ਜੋ ਠੰਡ ਦੇ ਵਿੱਚ ਸਰੀਰ ਨੂੰ ਗਰਮ ਰੱਖ ਸਕੇ ਜੋ ਗਲਾਸ ਨੇ ਇੱਧਰ ਜੋ ਮਸ਼ੀਨ ਆ ਇੱਧਰ ਤੁਸੀਂ ਦੇਖ ਸਕਦੇ ਹੋ ਕੌਫੀ ਦੀ ਤਿਆਰ ਆ ਇੱਧਰ ਕੌਫੀ ਇਹਦੇ ਰਾਹੀਂ ਬਣਦੀ ਆ ਤੇ ਤੁਹਾਨੂੰ ਜੋ ਪ੍ਰੋਸੈਸ ਆ ਉਹ ਦੱਸ ਦਿੰਦੇ ਹਾਂ ਡੇਢ ਮੱਗ ਦੁੱਧ ਦਾ 3 ਚਮਚ ਚੀਨੀ ਤੇ 1 ਚਮਚ ਜੋ ਪੈਂਦਾ ਉਹਦੇ ਵਿੱਚ ਕੌਫੀ ਦਾ ਤੇ ਇੱਧਰ ਜੋ ਆਪਣੇ ਸੇਵਾਦਾਰ ਵੀਰ ਸਾਰੇ ਬੈਠੇ ਨੇ ਇੱਧਰ ਪੱਠੀ ਤੇ ਪਹਿਲਾਂ ਦੁੱਧ ਥੋੜਾ ਜਿਹਾ ਕੋਸਾ ਕਰਕੇ ਬਣਾਇਆ ਜਾਂਦਾ ਤੇ ਇੱਧਰ ਜੋ ਆਪਣਾ ਸਮਾਨ ਇਹ 'ਚ ਹੋਰ ਜੋ ਪਿੰਨੀਆਂ ਪਈਆਂ ਨੇ ਇੱਧਰ ਜੋ ਦੁੱਧ ਪੈਕਟ ਵਾਲੇ ਦੁੱਧ ਨੇ ਤੁਸੀਂ ਦੇਖ ਸਕਦੇ ਹੋ ਇਹ ਜੋ ਦੁੱਧ ਦੇ ਪੈਕਟ ਪਏ ਨੇ ਤੇ ਇੱਧਰ ਜੋ ਆਪਣੀਆਂ ਕੌਫੀ ਦਾ ਤੁਸੀਂ ਸਮਾਨ ਦੇਖ ਸਕਦੇ ਹੋ ਕੌਫੀ ਦੀਆਂ ਪੇਟੀਆਂ ਭਰੀਆਂ ਪਈਆਂ ਨੇ ਇੱਧਰ ਜੋ ਤੁਸੀਂ ਦੇਖ ਸਕਦੇ ਹੋ ਇਹ ਕੌਫੀ ਆ ਸਾਰੀ ਇੱਧਰ ਦੁੱਧ ਕੌਫੀ ਤੇ ਇੱਧਰ ਜੋ ਕਈ ਵਾਰ ਜਦ ਥੋੜਾ ਜਿਹਾ ਕੰਮ ਆਪਣਾ ਜੋ ਜਾਣੀ ਕਿ ਮਤਲਬ ਆਪਣਾ ਜੋ ਜਾਂ ਦੁੱਧ ਦੀ ਥੋੜ੍ਹੀ ਕਈ ਵਾਰ ਕਮੀ ਆਉਣ ਤੇ ਵੀ ਜੋ ਲੋਕਾਂ ਨੂੰ ਕੌਫੀ ਤੇ ਕੋਈ ਤੋੜ ਨਾ ਆਵੇ ਇਸ ਲਈ ਥੋੜ੍ਹਾ ਸੁੱਕਾ ਦੁੱਧ ਵੀ ਮੰਗਾ ਕੇ ਰੱਖੇ ਆ 1-2 ਥੈਲੇ ਕਿਉਂਕਿ ਕਈ ਵਾਰ ਹੁੰਦਾ ਵੀ ਜੋ ਦੁੱਧ ਦੀ ਉਰੇ ਕਮੀ ਤਾਂ ਵੈਸੇ ਆਉਂਦੀ ਨਹੀਂ ਪਰ ਫਿਰ ਵੀ ਇਹ ਜੋ ਪੈਕਟ ਨੇ ਇਹ ਲਿਆ ਕੇ ਰੱਖੇ ਗਏ ਨੇ ਤੇ ਜੋ ਇੱਧਰ ਤੋਂ ਟਰਾਲੀਆਂ ਮੇਨ ਖੜੀਆਂ ਨੇ ਇੱਧਰ ਵੀ ਜੋ ਕੌਫੀ ਜੋ ਤੁਸੀਂ ਦੇਖ ਸਕਦੇ ਹੋ ਖਤਮ ਇੱਧਰ ਜੋ ਚਾਹ ਉਹ ਵੀ ਤੁਸੀਂ ਦੇਖ ਸਕਦੇ ਹੋ ਚਾਹ ਵੀ ਜੋ ਰੱਖੀ ਗਈ ਆ ਜੋ ਪਾਣੀ ਇੱਥੇ ਵਰਤਿਆ ਜਾਂਦਾ ਇੱਥੇ ਜੋ ਦਿੱਲੀ ਦਾ ਪਾਣੀ ਆ ਉਹ ਪੀਣ ਦੇ ਯੋਗ ਨਹੀਂ ਹੈਗਾ ਵਿਦਆਊਟ ਫਿਲਟਰ ਇਸ ਲਈ ਜੋ ਇੱਥੇ ਬੋਤਲਾਂ ਨੇ ਪਾਣੀ ਦੀਆਂ ਤੁਸੀਂ ਉਹ ਦੇਖ ਸਕਦੇ ਹੋ ਬਹੁਤ ਸਾਰੀਆਂ ਬੋਤਲਾਂ ਉਰੇ ਪਈਆਂ ਨੇ ਇੱਧਰ ਜੋ ਛੋਟੀ ਬੋਤਲ ਉੱਧਰ ਬੜੀ ਪੈਕਿੰਗ ਇਹ ਜੋ ਮਸ਼ੀਨ ਆ ਇਹ ਥੋੜ੍ਹਾ ਯੂਜ਼ ਕਰਨ ਕਰਕੇ ਇਹਦੀ ਜੋ ਖਰਾਬ ਹੋ ਗਈ ਇਸ ਲਈ ਉੱਥੇ ਨਵੀਂ ਮਸ਼ੀਨ ਲੈ ਕੇ ਲਾਈ ਆ ਹਾਂਜੀ ਬਾਬਾ ਜੀ ਕਿਵੇਂ ਚੱਲ ਰਿਹਾ ਕੰਮ ਫਿਰ ਚੜ੍ਹਦੀ ਕਲਾ ਮਹਾਰਾਜ ਚੜ੍ਹਦੀ ਕਲਾ ਪੂਰੀ ਬੜੀ ਮਹਾਰਾਜ ਦੀ ਮਿਹਰ ਹੈ ਇੱਧਰ ਜੋ ਕੰਮ ਪੂਰੇ ਜ਼ੋਰਾਂ ਤੇ ਕੌਫੀ ਦਾ ਇਹ ਜੋ ਅਸੀਂ ਹੁਣ ਵੀਡੀਓ ਬਣਾਉਣ ਲੱਗੇ ਹਾਂ ਥੋੜ੍ਹਾ ਰਸ਼ ਘੱਟ ਹੋਣ 'ਤੇ ਹੀ ਵੀਡੀਓ ਬਣਾਉਂਦੇ ਹਾਂ ਅਸੀਂ ਜ਼ਿਆਦਾਤਰ ਕਿਉਂਕਿ ਜਦ ਰਸ਼ ਵੱਧ ਹੁੰਦਾ ਫਿਰ ਵੀਡੀਓ ਨਹੀਂ ਬਣਾ ਸਕਦੇ ਇਹ 'ਚ 1-2 ਸੀਨ ਨੇ ਉਹ ਦਿਖਾਵਾਂਗੇ ਹੋਰ ਅਪਡੇਟ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਲਓ ਜੀ ਅੱਜ ਡੇ
4 ਦਾ ਬਲੌਗ ਜੋ ਸਟਾਰਟ ਕਰਨ ਲੱਗੇ ਅੱਜ ਆਪਾਂ ਫਿਰ ਕਿਸਾਨ ਕਾਫੀ ਕੈਫੇ ਤੇ ਪਹੁੰਚੇ ਹਾਂ ਤੇ ਅੱਜ ਜੋ ਆਪਾਂ ਇੱਥੇ ਸੇਵਾ ਨਿਭਾ ਰਹੇ ਹਾਂ ਤੁਹਾਨੂੰ ਜੋ ਪੂਰਾ ਕਿਸਾਨ ਕਾਫੀ ਕੈਫੇ ਦਾ ਦਿਖਾਉਣੇ ਅੱਗੇ ਜੋ ਕੀ ਇੱਥੇ ਕੰਮ ਚੱਲ ਰਿਹਾ ਇਦਾਂ ਦੇ ਅਪਡੇਟ ਹੋਰ ਦੇਖਣ ਲਈ ਨਾਲ ਜੁੜੇ ਰਹੋ ਚੈਨਲ ਕਰ ਲਓ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਜੋ ਇੰਟਰਵਿਊ ਆ ਵੀ ਕਰਦੇ ਰਹਿੰਦੇ ਆਪਣੇ ਚੈਨਲ ਤੇ ਤੋਂ ਜੋ ਖਾਸ ਖਾਸ ਚੀਜ਼ਾਂ ਨੇ ਜੋ ਤੁਸੀਂ ਹਲੇ ਨਹੀਂ ਦੇਖੀਆਂ ਹੋਣਗੀਆਂ ਉਹ ਤੁਹਾਨੂੰ ਆਪਾਂ ਆਪਣੇ ਚੈਨਲ ਦੇ ਜ਼ਰੀਏ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਗਰਾਊਂਡ ਜ਼ੀਰੋ ਤੋਂ ਪੂਰੀ ਰਿਪੋਰਟ ਜਿਹੜੀ ਆ ਤੁਹਾਡੇ ਤੱਕ ਪਹੁੰਚਾਵਾਂਗੇ ਬਿਲਕੁਲ 100% ਜੋ ਸੱਚ ਆ ਉਹੀ ਦਿਖਾਵਾਂਗੇ ਹੈਲੋ 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 ਆਹ ਦੇਖੋ ਜੀ ਜੋ ਲੰਗਰ ਇਹਨੂੰ ਬਹੁਤ ਦਿਨ ਹੋ ਗਏ ਲੰਗਰ ਚੱਲਦੇ ਨੂੰ ਜਾਂ ਅਸੀਂ ਪਹਿਲਾਂ ਇਹ ਸੀ ਜਦ ਵੀ ਚੱਲਦਾ ਸੀ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਲੰਗਰ ਇੱਧਰ ਜੋ ਬਦਾਮਾਂ ਦੇ ਲੰਗਰ ਚੱਲ ਰਹੇ ਨੇ ਜਿਹੜੇ ਪੰਜਾਬੀਆਂ ਨੂੰ ਇਹ ਹਰਾਉਣ ਦੀਆਂ ਗੱਲਾਂ ਕਰਦੇ ਸੀ ਇਹਨਾਂ ਨੂੰ ਐਂ ਲੱਗਦਾ ਸੀਗਾ ਵੀ 5 ਦਿਨ 10 ਦਿਨ ਮਹੀਨਾ ਰਹਿ ਕੇ ਮੁੜ ਜਾਣਗੇ ਵੀ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਦੀ ਜੋ ਤੋੜ ਆਜੂ ਪਰ ਇਹ ਨਹੀਂ ਇਹ ਜਾਣਦੇ ਵੀ ਜੋ ਅੰਨ ਉਗਾ ਸਕਦਾ ਉਹ ਆਪਣੇ ਲਈ ਲੰਗਰ ਕਿਹੋ ਜਿਹੀਆਂ ਚੀਜ਼ਾਂ ਦੇ ਲਾ ਸਕਦਾ ਤੁਸੀਂ ਦੇਖ ਸਕਦੇ ਹੋ ਜੋ ਡਰਾਈ ਫਰੂਟ ਆ ਇੱਥੇ ਨੋਰਮਲ ਹੋਇਆ ਪਿਆ ਮੈਨੂੰ ਤਾਂ ਐਂ ਲੱਗਦਾ ਵੀ ਜੇ ਕਿਤੇ ਜ਼ਿਆਦਾ ਲੰਬਾ ਸੰਘਰਸ਼ ਚੱਲ ਗਿਆ ਤਾਂ ਭਾਰਤ 'ਚੋਂ ਕਿਤੇ ਡਰਾਈ ਫਰੂਟ ਦੀ ਕਮੀ ਨਾ ਆ ਜੇ ਕਿਤੇ ਬਾਹਰੋਂ ਹੋਰ ਟਰੱਕ ਇੰਪੋਰਟ ਕਰਾਉਣੇ ਪੈਣ ਆ ਜੋ ਹੁਣ ਆਪਾਂ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਲੰਗਰ ਕਦੋਂ ਤੋਂ ਚੱਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਨੇ ਸੰਘਰਸ਼ ਬਾਰੇ ਬਾਈ ਇਹ ਲੰਗਰ ਸਾਡਾ ਚੱਲ ਰਿਹਾ ਵਾ 2 ਦਸੰਬਰ ਤੋਂ ਅਸੀਂ ਇੱਥੇ ਆਏ ਸੀਗੇ ਇਹ ਸਾਡੇ ਬਲਵਿੰਦਰ ਸਿੰਘ ਕੈਲੇਪੂਰੇ ਤੋਂ ਸਾਡੀ ਸਪੋਰਟ ਕਰ ਰਿਹਾ ਜੀ ਸਾਡਾ ਪਿੰਡ ਇੱਥੇ ਹੈਗਾ ਬਿੱਲੀ ਪੇ ਪਲਾਸਟਿਕ ਚੱਲ ਰਹੀ ਆ ਉਹ ਤਾਂ ਬਹੁਤ ਮੇਰੇ ਹਿਸਾਬ ਨਾਲ ਅਮੀਰ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਹੁਣ ਲੱਭਣ ਦੀ ਵੀ ਲੋੜ ਨਹੀਂ ਕੁਛ ਸ਼ਰੇਆਮ ਉਹਨਾਂ ਨੂੰ ਉਰੇ ਇੰਨਾ ਬੋਤਲ ਡਿਸਪੋਜ਼ਲ ਮਿਲ ਰਿਹਾ ਇੱਕ ਜੋ ਮੀਡੀਆ ਗੋਦੀ ਮੀਡੀਆ ਕਹਿ ਰਿਹਾ ਵੀ ਇਹ ਜੋ ਬਾਹਰੋਂ ਫੰਡਿੰਗ ਹੋ ਰਹੀ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਫੰਡਿੰਗ ਨਹੀਂ ਤੇ ਜੋ ਇਹ ਵੀਰ ਜੀ ਗੋਦੀ ਮੀਡੀਆ ਕਹਿ ਰਿਹਾ ਵੀ ਬਾਹਰੋਂ ਫੰਡਿੰਗ ਹੋ ਰਹੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਬਾਹਰੋਂ ਫੰਡਿੰਗ ਦੀ ਗੱਲ ਹੈ ਨਾ ਬਾਹਰੋਂ ਵੀ ਜੇ ਪੈਸਾ ਆਉਂਦਾ ਤੇ ਸਾਡੇ ਹੀ ਧੀ ਪੁੱਤ ਸਾਡੇ ਹੀ ਭੈਣ ਭਰਾ ਬੈਠੇ ਆ ਕੋਈ ਮੋਦੀ ਦੇ ਰਿਸ਼ਤੇਦਾਰ ਥੋੜਾ ਸਾਨੂੰ ਭੇਜਦੇ ਆ ਸਾਡੇ ਹੀ ਘਰਦੇ ਭੇਜਦੇ ਆ ਸਾਡੇ ਹੀ ਨਿਆਣੇ ਗਏ ਸਾਡੇ ਹੀ ਭਰਾ ਗਏ ਮੈਂ ਵੀ ਬਾਹਰੋਂ ਆਇਆ ਅਸੀਂ ਇਸੇ ਲਈ ਤਾਂ ਗਏ ਆ ਕਿ ਆਪਣੇ ਹੱਕ ਲਈ ਲੜਨ ਲਈ ਸਾਨੂੰ ਪਤਾ ਪੰਜਾਬੀਆਂ ਨੂੰ ਜੇ ਹੁਣ ਸਾਡੀ ਕੋਈ ਅਣਖ ਨੂੰ ਵਿਗਾੜੂਗਾ ਤੇ ਅਸੀਂ ਇਹਨੂੰ ਫੁੱਕਾ ਥੋੜਾ ਛੱਡ ਦੇਣਾ ਆਹ ਜੋ ਕੁਛ ਲੱਗਾ ਕਿ NRI ਵੀਰਾਂ ਦਾ ਵੀ ਬਹੁਤ ਸਹਿਯੋਗ ਆ ਇਲਾਕੇ ਦਾ ਸਾਰਿਆਂ ਦਾ ਹੀ ਸਹਿਯੋਗ ਆ ਪੂਰਾ ਪੰਜਾਬ ਉੱਠ ਕੇ ਖੜ ਗਿਆ ਇਸ ਮੋਦੀ ਸਰਕਾਰ ਦੇ ਖਿਲਾਫ ਹੋ ਗਏ ਹੱਕ ਦੀ ਲੜਾਈ ਆ ਭਾਈ ਅਸੀਂ ਇਹ ਵੀ ਕਹਿੰਦੇ ਆ ਤੁਹਾਨੂੰ ਮੈਸੇਜ ਦਿੰਦੇ ਕਿ ਇਕੱਲੇ ਜ਼ਿਮੀਦਾਰ ਦਾ ਨਹੀਂ ਸੰਘਰਸ਼ ਸਾਰੇ ਆਓ ਇੱਥੇ ਆ ਕੇ ਵੇਖੋ ਕੀ ਕਲਾ ਵਰਤਦੀ ਆ ਮਹਾਰਾਜ ਦੀ ਸਾਰੇ ਆਓ ਇਹ ਦੁਕਾਨਦਾਰ ਨਹੀਂ ਬਚਣੇ ਇਹ ਜੋ ਘਰੇ ਬੈਠੇ ਸੋਚਦੇ ਨਾ ਸਾਡਾ ਸ਼ਹਿਰ ਤਾਂ ਚੱਲੀ ਜਾਂਦਾ ਜ਼ਿਮੀਦਾਰ ਤੁਰੇ ਫਿਰਦੇ ਇੱਦਾਂ ਨਹੀਂ ਹੋਣੀ ਇਹ ਸਾਰਿਆਂ ਤੇ ਫਰਕ ਪੈਣਾ ਭਾਈ ਜੇ ਰੀੜ ਦੀ ਹੱਡੀ ਨਾ ਰਹੀ ਤਾਂ ਕੁਛ ਵੀ ਨਹੀਂ ਬਚਣਾ ਇੱਥੇ ਆਓ ਆਣ ਕੇ ਤੀਰਥ ਸਥਾਨ ਤੋਂ ਘੱਟ ਨਹੀਂ ਹੈਗਾ ਨਿਆਣਿਆਂ ਨੂੰ ਲਿਆਓ ਮੱਥਾ ਟਿਕਾਓ ਇਹ ਜਗ੍ਹਾ ਪਵਿੱਤਰ ਹੋ ਗਈ ਆ ਜਿੱਥੇ ਇੱਦਾਂ ਦੇ ਆ ਦੇਖੋ ਟਰਾਲੀ ਤੁਸੀਂ ਦਿਖਾਓ ਇਹਨਾਂ ਨੂੰ ਕਿੱਦਾਂ ਦੇ ਆਏ ਆ ਬਜ਼ੁਰਗ ਇਹ ਕਿਤੇ ਆਮ ਗੱਲਾਂ ਤੇ ਮਹਾਰਾਜ ਦਾ ਭਾਣਾ ਇਹ ਕਲਾ ਵਰਤਦੀ ਆ ਭਾਈ ਅਸੀਂ ਤਾਂ ਬੇਨਤੀ ਕਰਦੇ ਤੁਹਾਡੇ ਮੀਡੀਆ ਜ਼ਰੀਏ ਕਿ ਇੱਥੇ ਸਾਰੇ ਆਓ ਬੱਚਿਆਂ ਨੂੰ ਲੈ ਕੇ ਆਓ ਔਰ ਸਾਰੇ ਆ ਕੇ ਇੱਥੇ ਸੇਵਾ ਦੇ ਸਭ ਆਓ ਚਾਹੇ ਉਹ ਧਨ ਦੀ ਆ ਚਾਹੇ ਤਨ ਦੀ ਆ ਚਾਹੇ ਮਨ ਦੀ ਆਓ ਜ਼ਰੂਰ ਇੰਨੀ ਅਸੀਂ ਬੇਨਤੀ ਕਰਦੇ ਹਾਂ ਬਾਕੀ ਭਾਈ ਇਹ ਲੰਗਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਕਿਸੇ ਦਾ ਨਹੀਂ ਹੈਗਾ ਕੋਈ ਇਹਦੇ 'ਚ ਫੰਡਿੰਗ ਦੀ ਗੱਲ ਨਹੀਂ ਇਹ ਤਾਂ ਮਹਾਰਾਜ ਦੀ ਕਲਾ ਵਰਤਦੀ ਆ ਉਹ 20 ਰੁਪਈਏ ਨਹੀਂ ਮੁੱਕਣੇ ਚਾਹੇ ਹੁਣ ਸਾਲ ਲੱਗਾ ਰਹੇ ਤੇ ਚਾਹੇ ਮਹਾਰਾਜ ਨਾਲ ਜਿੰਨਾ ਚਿਰ ਹੁਕਮ ਹੋਊ ਇੱਦਾਂ ਹੀ ਚੱਲੂਗਾ ਆਉਣ ਵਾਲੇ ਦਿਨਾਂ 'ਚ ਇਕੱਲਾ ਆਹ ਹੀ ਨਹੀਂ ਅਸੀਂ ਡਰਾਈ ਫਰੂਟ ਬਾਕੀ ਤਰ੍ਹਾਂ ਦਾ ਵੀ ਇੱਥੇ ਲਾ ਦੇਣਾ ਸ਼ਗਨ ਵਾਲੀ ਬਣੇ ਸੰਗਤ ਤੇ ਮਹਾਰਾਜ ਦਾ ਇਹ ਜੋ ਹੁਕਮ ਹੋਊਗਾ ਉਹ ਪੂਰਾ ਇੱਦਾਂ ਹੀ ਚੱਲੂਗਾ ਜੀ ਕੰਮ ਕਾਰ ਠੀਕ ਹੈ ਤੁਸੀਂ ਇੱਧਰ ਦੇਖ ਲਿਆ ਜੋ ਆਪਾਂ ਹੁਣ ਇਹਨਾਂ ਦਾ ਬੋਰਡ ਤੁਹਾਨੂੰ ਦਿਖਾ ਦਿੰਦੇ ਹਾਂ ਜੋ ਇਹ ਲੰਗਰ ਦੀ ਲੋਕੇਸ਼ਨ ਆ ਬਿਲਕੁਲ ਜੋ ਇੱਧਰ ਮਾਲ ਆ ਇਹਦੇ ਓਪੋਜ਼ਿਟ ਬਿਲਕੁਲ ਇਹ ਜੋ ਲੰਗਰ ਚੱਲ ਰਿਹਾ ਜੇ ਕਿਸੇ ਵੀਰ ਭਾਈ ਨੇ ਛਕਣਾ ਉਹ ਵੀ ਛਕ ਸਕਦਾ ਇੱਧਰ ਆ ਕੇ ਇੱਧਰ ਤੁਸੀਂ ਦੇਖ ਸਕਦੇ ਹੋ ਜੋ ਪ੍ਰਬੰਧ ਨੇ ਉਹ ਪੂਰੇ ਪੱਕੇ ਕਰੇ ਹੋਏ ਨੇ ਇੱਧਰ ਟੈਂਟ ਹਾਊਸ ਪੱਕੇ ਤੰਬੂ ਦੋ ਤਿੰਨ ਜੋ ਟਰੱਕ ਖੜੇ ਨੇ ਟਰੱਕ ਜੋ ਸਮਾਨ ਨਾਲ ਤੁਸੀਂ ਦੇਖ ਸਕਦੇ ਹੋ ਫੁੱਲ ਲੋਡਡ ਨੇ ਇੱਧਰ ਜੋ ਹਲਵਾਈ ਨੇ ਇੱਧਰ ਨੋਰਮਲ ਜੋ ਤੁਸੀਂ ਕਹਿ ਸਕਦੇ ਹੋ ਘਰ ਵਰਗਾ ਖਾਣਾ ਨੇ ਇੱਧਰ ਜੋ ਇੱਧਰ ਹਲਵਾਈ ਵੀਰ ਨੇ ਉਹ ਬਣਾ ਰਹੇ ਨੇ ਤੇ ਇੱਧਰ ਮਾਈਆਂ ਨੇ ਜੋ ਪ੍ਰਸ਼ਾਦਾ ਪਾਣੀ ਦੀ ਸੇਵਾ ਕਰ ਰਹੀਆਂ ਨੇ ਆਪਣੇ
ਇਦਾਂ ਦਾ ਮਾਹੌਲ ਆ ਜੋ ਦਿੱਲੀ ਦਾ। ਹੋਰ ਅਪਡੇਟ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ। हेलो हेलो, लो जी अज एक थानू होर जो लंगर आपा विजिट करना लगे हाँ। इत्थे भी जो पानी आ, पानी दा तो तकरीबन हरेक लंगर दे ही जो काम आ वो डिस्पोजल चलते ने बोतल वाले। तो इधर जो तुसी देख सकते हो लंगर ते किसे ते भी कोई कमी दिखाई नहीं दे रही। प्याज इधर रस मतलब कि जो इत्थे चाह भी आ वो चाह दे नाल हरेक जगह कुछ ना कुछ लंगर ते मिलदा ही मिलदा नाल। इधर देखो तुसी लंगर ते जो तैयारियां ने वो शाम दे भोजन दीआं भी नाल दी नाल हो गई। इधर जो रोटी आ सिंपल रोटी नहीं तुसी देख सकते हो, जो रुमाली रोटी लै रही आ ये हुण तो जो तैयारियां होण लग गईआं शाम तक हो जू। इधर भाई साहब जो जलेबियां दी तैयारी आ उहदे च चल रही आ हुण। ये लंगर ते जो जलेबियां उह चल पैणगीआं थोड़े टाइम तक, बणनीआं जो स्टार्ट हो गई तुसी देख सकते हो। जो जलेबियां भी नाल दी नाल मिठा नमकीन हरेक हर प्रकार का जो लंगर आ इत्थे दिल्ली च चल रहा। कुछ खाण पीण दी किते भी प्रॉब्लम नहीं। आज आपां भाई साहब नाल भी गलबात करदे आं। आई जी कदों दा लंगर चल रहा अपना? लंगर चलदा जी कोई 2:30 दा जी। अच्छा जी, भाई जी तुसी होर की कहना चाहोगे जेडे वीर हाले भी घरे बैठे ने भी वह आउण जा उन्हां नूं भी कोई दिक्कत तां नहीं आऊ रे आउण जे आउंदे आ? नहीं कोई दिक्कत नहीं आ रही हैगी, लोकी आ भी रहे हैं, गड्डियां डेली आउंदे आ ते ओह सारे अपने नाल जा भी रहे ते लंगर दी कोई प्रॉब्लम नहीं हैगी जी। लंगर तां बहुत ज़्यादा है जी, इत्थों लग स्टेज तक मिखला सवा सौ लगाउणा जी चलदा। लंगर दी कोई प्रॉब्लम नहीं हैगी जी। होर कुछ तुसीं कहना चाहो मोदी सरकार नूं? मोदी साहब का नुकसान है, जिन्ना लेट हो सकता नुकसान है मोदी साहब का जी, जिन्ना लेट करो उन्ना नुकसान मोदी साहब। ठीक, भलवान वीर साडा स्पीकर नाल ले फिरदा ए लॉसमेंट करदा नाल दी नाल भी जिधर लंगर चल रहा इधर तुसी देख सकते हो जलेबियां तां जो बन के रेडी हो गया। हुण आपां अगे जाने आ उधर भी जो लंगर आ फर्स्ट क्लास चल रहा उधर जाके हुण देखदे आ कादा लंगर आ। जो रुमाली रोटी आवे इधर ओह तां मैं बना ली रुमाली रोटी, हुण अगे देखदे आ। इधर सुनन च भलवान वीर तों आई आ खबर भी जो इधर आ मैगी दा लंगर चल रहा हुण आपां उत्थे भी थोनू दिखावांगे। चलदे आ अगे, तुसी जो सारा व्यू आ ਉਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਅੱਗੇ ਆ ਲਓ ਆਪਾਂ ਹੁਣ ਜ਼ਿਆਦਾ ਅੱਗੇ ਪਹੁੰਚ ਚੁੱਕੇ ਹਾਂ ਥੋੜ੍ਹੀ ਦੂਰ ਤੇ ਜੋ ਮੈਗੀ ਦਾ ਲੰਗਰ ਆ ਉਹ ਵੀ ਚੱਲ ਰਿਹਾ ਤੁਹਾਨੂੰ ਇੱਧਰ ਦਿਖਾਉਂਦੇ ਹਾਂ। ਹੋਰ ਅਤੇ ਆ ਲਓ ਬਈ ਮੈਗੀ ਦਾ ਲੰਗਰ ਹੈ। जो यदि लोकेशन आ ये भी सिर्फ तुम आ देख सकते हो बिल्कुल टावर के जो ओपो उजट ही लोकेशन आ। इधर जो आप अगे लंगर ते पहुंचे इधर मातावां नाल आप गल करते हैं भी मोदी दी मकान का जो प्रबंध आ ये किवें दा लग रहा तुहानू दसो जी। जो मोदी दी मकान दा प्रबंध कर लिया अपने किसान वीरां ने ए किवें दा प्रबंध आ तुहानू? असीं तां जी हुण ए कहना चाहने आ मोदी नू कि इहनू हुण ना
ਜਿਹੜੀ ਹੈ ਕਿ ਪਤਾ ਨਹੀਂ ਹੁਣ ਕਿਹੜੀ ਖੁੱਡ ਦੇ ਵਿੱਚ ਵੜ ਕੇ ਬੈਠਾ ਆ, ਇਹਨੂੰ ਨਾ ਹੁਣ ਆਪਣੀ ਖੁੱਡ ਚੋਂ ਬਾਹਰ ਆ ਜਾਣਾ ਚਾਹੀਦਾ ਆ, ਨਹੀਂ ਤਾਂ ਸਾਨੂੰ ਖੁੱਡ ਚੋਂ ਕੱਢਣਾ ਵੀ ਆਉਂਦਾ ਆ। ਕਹਿੰਦੇ ਹੁੰਦੇ ਜਦ ਸੱਪ ਹੈ ਨਾ ਖੁੱਡ ਚੋਂ ਨਹੀਂ ਨਿਕਲਦਾ ਵੀ ਬੀਨ ਬਜਾਬ ਜਾ ਕੇ ਸਵੇਰੇ ਵੀ ਥੱਕ ਜਾਂਦੇ ਆ, ਫਿਰ ਉਹਦੇ ਵਿੱਚ ਨਾ ਪਤਾ ਵੀ ਪਾਣੀ ਦੀ ਬਾਲਟੀ ਪਾ ਦਿਓ ਅਤੇ ਉਹ ਮਿਲਦਾ ਮਿਲਦਾ ਬਾਹਰ ਆ ਜਾਂਦਾ। ਸਾਨੂੰ ਇਹ ਸਾਰੇ ਢੰਗ ਆਉਂਦੇ ਆ, ਜੇ ਹੁਣ ਉਹਨੇ ਆਪਣੇ ਆਪ ਹੁਣ ਮੰਨਣਾ ਮੰਨ ਜਾਵੇ, ਕਿਉਂਕਿ ਬਹੁਤ ਹੁਣ ਹੱਦ ਹੋ ਚੁੱਕੀ ਆ ਇੱਕ ਕਿਸਮ ਦੀ। ਅਤੇ ਬਾਕੀ ਇਹ ਜਿਹੜੇ ਮਸਲੇ ਆ, ਆ ਜਿਹੜਾ ਹੁਣ ਸੰਘਰਸ਼ ਇਹ ਚੱਲ ਰਿਹਾ ਆ, ਇਹ ਵੀ ਹੁਣ ਇੱਕ ਨਾ ਤਾਂ ਇਹ ਇਕੱਲਾ ਜਿੱਦਾਂ ਕਹਿ ਲਓ ਵੀ ਕਿਸਾਨਾਂ ਦਾ ਆ, ਨਾ ਹੀ ਇਹ ਫਸਲਾਂ ਦਾ ਆ, ਇਹ ਹੁਣ ਇੱਕ ਜਿੱਦਾਂ ਸਾਡੇ ਹੁਣ ਆਉਣ ਵਾਲੀਆਂ ਜਿਹੜਾ ਇਹ ਨਸਲਾਂ ਆ ਉਹਨਾਂ ਦਾ ਇਹ ਜ਼ਿਆਦਾ ਆ, ਉਹ ਕੀ ਕਰਨਗੇ, ਉਹ ਬੱਚੇ ਕੀ ਖਾਣਗੇ ਅਤੇ ਕੀ ਨਾ। ਇਸ ਕਰਕੇ ਇਹਨੂੰ ਬਸ ਇਹੀ ਆ ਸਾਡੀ ਜਲਦੀ ਤੋਂ ਜਲਦੀ ਇਹ ਆਪਣੇ ਬਿੱਲ ਜਿਹੜੇ ਵਾਪਸ ਲੈ ਲਵੇ, ਨਹੀਂ ਤਾਂ ਫਿਰ ਇਹਦਾ ਹਸ਼ਰ ਬਹੁਤ ਮਾੜਾ ਹੋਊਗਾ ਜੀ। ਹੁਣ ਜੋ ਇੱਥੇ ਲੋਕਲ ਬੰਦੇ ਨੇ ਦਿੱਲੀ ਦੇ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਹੁਣ ਜੋ ਇਹ ਮੋਦੀ ਸਰਕਾਰ ਨੂੰ ਵੋਟ ਪਾਉਣਗੇ, ਕਿਉਂਕਿ ਕਿਸਾਨ ਇਹਨਾਂ ਦਾ ਪੂਰਾ ਸਾਥ ਦੇ ਰਹੇ ਨੇ। ਹੁਣ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਵੀ ਪਹਿਲਾਂ ਜੋ ਤੁਸੀਂ ਵੋਟ ਆ, ਪੁੱਛਾਂਗੇ ਵੀ ਸੱਚ ਦੱਸਣ ਵੀ ਕਿਹਨੂੰ ਪਾਈ ਸੀ ਪਹਿਲੀ ਵੋਟ, ਇਹਨਾਂ ਪਹਿਲੀ ਵੋਟ ਤੁਸੀਂ ਕਿਹਨੂੰ ਪਾਈ ਸੀ, ਜੋ ਸਰਕਾਰ ਹੁਣ ਬੀਜੇਪੀ ਬਣੀ ਆ ਉਹ ਵੋਟ ਤੁਸੀਂ ਕਿਹਨੂੰ ਪਾਏ ਸੀ, ਝੂਠ ਨਾ ਬੋਲੋ ਸੱਚ ਦੱਸ ਦਿਓ ਕੋਈ ਗੱਲ ਨਹੀਂ। ਕਿਆ ਆਪਨੇ ਜੋ ਵੋਟ ਡਾਲੀ ਥੀ ਕਿਸ ਕੋ ਡਾਲੀ ਥੀ, ਪਿਛਲੀ ਵੋਟ ਜੋ ਹੋ ਚੁੱਕੀ ਹੈ ਆਪਣੇ ਕਿਸ ਕੋ ਡਾਲੀ ਥੀ? ਐਸੀ ਬਾਤ ਹੈ ਪਾਜੀ, ਹਮ ਲੋਗ ਕੋ ਵੋਟਰ ਲਿਸਟ ਮੇਂ ਨਾਮ ਹੀ ਨਹੀਂ ਹੈ ਜੋ ਮੈਂ ਵੋਟ ਡਾਲ ਸਕੂੰ। ਅਭੀ ਤੱਕ ਨਹੀਂ ਗਿਆ, ਉਮਰ ਨਹੀਂ ਇਤਨਾ ਹੁਆ ਜੋ। ਆਪਕੀ ਉਮਰ ਨਹੀਂ ਹੈ ਅਭੀ, ਅਭੀ ਕੀ ਸਰ? ਮੈਂ ਤੋ ਆਪਕੋ ਮੋਦੀ ਸਰਕਾਰ ਕੇ ਬਾਰੇ ਮੇਂ ਆਪ ਕੁਝ ਕਹਿਣਾ ਚਾਹੇ? ਜੋ ਨਹੀਂ ਕਹਤੇ। ਹਾਂਜੀ, ਮੈਂ ਇਹ ਕਹਿਣਾ ਚਾਹੂੰਗਾ ਜੋ ਇਹ ਮੋਦੀ ਸਰਕਾਰ ਹੈ ਉਹ ਤਾਂ ਬਹੁਤ ਅਭੀ ਉਹ ਕਰ ਰਿਹਾ ਹੈ, ਜੋ ਕਿ ਹਮ ਲੋਗ ਕੋ ਵੀ ਰੇਟ ਮੱਕਾ ਕਾ ਗੇਹੂੰ ਕਾ ਕੁਛ ਰੇਟ ਨਹੀਂ ਦਿਆ, ਜੋ ਅਗਲੀ ਵਾਰ ਬਿਕਾ 10 ਰੁਪਏ ਕਿਲੋ ਅਤੇ ਇਸ ਵਾਰ ਬਿਕਾ 9 ਰੁਪਏ ਕਿਲੋ, ਹਮ ਵੀ ਉਸ ਨਾਰਾਜ਼ ਹੈ, ਹਮ ਵੀ ਚਾਹਤੇ ਹੈ ਜੋ ਹਮ ਲੋਗ ਕਿਸਾਨ ਕੋ ਮਜ਼ਦੂਰ ਕੋ ਅੱਛਾ ਖਾਸਾ ਰੋਟੀ ਮਿਲ ਸਕੇ ਔਰ ਯਾ ਅੱਛਾ ਪੈਸਾ ਬਣ ਸਕੇ। ਜੋ ਇੱਥੇ ਕਿਸਾਨ ਬੈਠੇ ਨੇ, ਪੰਜਾਬੀ ਬੈਠੇ ਨੇ, ਇਹ ਕਿੱਦਾਂ ਦੇ ਇਨਸਾਨ ਨੇ? ਇਹ ਜੋ ਤੁਸੀਂ ਦੇਖ ਰਹੇ ਹੋ ਇਹ ਥੋੜਾ ਬੰਦੇ ਝਿਜਕ ਰਹੇ ਨੇ ਗੱਲਬਾਤ ਕਰਨ ਤੋਂ। ਇੱਧਰ ਤੁਸੀਂ ਦੇਖ ਸਕਦੇ ਹੋ ਜੋ ਛੋਟੇ ਛੋਟੇ ਬੱਚੇ ਨੇ, ਇਹ ਲੋਕਾਂ ਨੇ ਇਹਨਾਂ ਲਈ ਵੀ ਪੂਰਾ ਵਿਵਹਾਰ ਬਿਲਕੁਲ ਜਿੱਦਾਂ ਕਿ ਪੰਜਾਬੀਆਂ ਦੇ ਬੱਚੇ ਨੇ ਉੱਦਾਂ ਦਾ ਹੀ ਕੀਤਾ ਜਾਂਦਾ। ਹੈਲੋ 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 ਹੈਲੋ, ਜੋ ਤੁਸੀਂ ਦੇਖਦੇ ਹੋ ਅੱਜ ਨਾਅਰੇਬਾਜ਼ੀ ਨਾਲ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ, ਆ ਜੋ ਤੁਹਾਨੂੰ ਸਾਰਾ ਜੋ ਵਿਊ ਆ ਇਹ ਆਪਾਂ ਦਿਖਾਉਂਦੇ ਆ ਵੀ ਜੋ ਰੋਸ ਪ੍ਰਗਟ ਆ ਕਿਸਾਨਾਂ ਵੱਲੋਂ ਕਿੱਦਾਂ ਕੀਤਾ ਜਾਂਦਾ। ਇੱਧਰ ਤੁਹਾਨੂੰ ਦਿਖਾਉਂਦੇ ਆ, ਆਪਾਂ ਦੇਖ ਸਕਦੇ ਹੋ ਤੁਸੀਂ ਜੋ ਵਿਰੋਧ ਛੋਟੀ ਰੈਲੀ ਵਜੋਂ ਵੀ ਕੱਢਿਆ ਜਾਂਦਾ, ਇਹ ਡੇਲੀ ਪੈਦਲ ਰੋਸ ਮਾਰਚ ਕਿਸਾਨਾਂ ਵੱਲੋਂ ਕੱਢਿਆ ਜਾਂਦਾ। ਇੱਧਰ ਤੁਸੀਂ ਦੇਖ ਸਕਦੇ ਹੋ ਜੋ ਪੈਦਲ ਮਾਰਚ ਕਿਸਾਨਾਂ ਵੱਲੋਂ ਚੱਲ ਰਿਹਾ, ਨਾਲ ਦੀ ਨਾਲ ਜੋ ਟ੍ਰੈਫਿਕ ਨੂੰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ। ਇੱਧਰ ਜੋ ਤੁਸੀਂ ਦੇਖ ਸਕਦੇ ਹੋ ਇੱਧਰ ਜੋ ਟ੍ਰੈਫਿਕ ਆ ਨਾਲ ਦੀ ਨਾਲ ਉਹਨੂੰ ਕੱਢਣ ਦਾ ਜੋ ਪੂਰਾ ਪ੍ਰਬੰਧ ਕੀਤਾ ਜਾ ਰਿਹਾ। ਜਿੰਦਾਬਾਦ
मोदी साला चोर है, मोदी साला चोर है, मोदी साला चोर है, मोदी साला चोर है। साला चोर है, घटड़ साला चोर है। दुपहर मेरी भी बनाएगा, मेरे कहने के बाद ही चल दी गया। हेलो 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 हेलो, आज जो तुसी आज देखा जो बीबिया ने मोदी दे पुतले साड़े, हुण आपां इन्हां नाल गलबात करांगे। बीबिया है मेनू हरियाणवी लगदियां ने, आपां पुछदे आं। हां जी, कित्थों जी? सोनपत गांव शामड़ी से आए हैं और अपना हक लेंगे। मोदी मर गया, हाय हाय, मोदी मर गया, हाय हाय, और लिख मत में लेंगे। मोदी मर गया, हाय हाय, खट्टर साला चोर है, साइकिल का पहिया फेर का, मोदी साला मारे गेर का। जो एक गल होर जो तुसी देखा होना, कह रहे सी कि भी जो हरियाणा ओ जो इत्थे कौन हरियाणे दा अगे जिमे सैमड़ी गांव के सैमड़ी गांव के तह जिमे अपने पंजाब च कैप्टन है थोड़े कौन है उरे जिमे पंजाब में कैप्टन है मुख्यमंत्री कौन है ओ क्या ओ बीजेपी का खट्टर 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 हाँ। जो लोग कह रहे सीगे भी खट्टर तो सरकार तो जाने की बीजेपी तो हरियाणे दे लोग सुखी ने, तुसी ये देख लिया बीबिया जो ये भी पूरी हरियाणा सरकार तो दुखी ने, तुसी की कहना चाहोगे जो इन्होंने आपां नूं हरियाणे ते पंजाबियां नूं अपने च पाड़ पा के रखी, एक तरह का आपां नूं लड़ाउण दी इन्होंने कोई ना कोई साजिश करती रहती है, सरकार आपां नूं लड़ाउण दी पूरी कोशिश करती, उहदे बारे की कहना चाहोगे? जो एक जो होर जो इन्होंने बैरीगेट करी सी अपने हरियाणे दे बॉर्डर ते, उहदे बारे तुसी की कहना चाहोगे? अब ये तो हाँ, हमारे किसान भाई ना सब राख चाहिए, अब के ऊपर सारे भाई इकट्ठे हो रहे हैं और अकले करेंगे, और ये किसाना ने कुर्सी दी थी और किसी ने दी, जब वोट चाहिए थी तब इसने जोड़ी फैलाई थी, किसाना ने इसकी जोड़ी बर दी थी, आज ये जोड़ी बढ़ाकर किसानों को परेशान कर रहा है। हमने अपना हक चाहिए और किसानों के पास ऐसे विदेश में कमाई करता है, जहाज में कमाई करता है और पूरा देश बेच कर खा दिया इसने। हमने ये बात लिख दी है कि हम हक देंगे किसानों को। जय।
जो हम तुसी देख रहे हो मैं थोनू जो साफ दे जो तुसी फेस देख सकते हो बीबी क्या आज वो बीबी मर गया मोदी मर गया खट्टर भी मर गया मोदी भी मर गया मोदी जी मैं आपको एक बात कहना चाहूंगी हमारे तीन कानून वापस ले लो और मेरे को दर्शन होने चाहिए पब्लिक में आ जा तेरे को कोई हाथ नहीं लगाएगा हमारे कानून वापस दे जा और अपनी जहां भी हुआ चला जाओ गुजरात ठीक है और खट्टर जी लुके लुके काम नहीं चलेगा तेरे को गन्ने का भी नहीं पता तू किसने इतना बड़ा वो बना दिया किसने मुख्यमंत्री बनाया तेने पानी पत तेने भाषण दिया तेने ये कही गन्ना क्या होता है हैं जब तेने गन्ने का नहीं पता तो पब्लिक के बारे में तू क्या सोचेगा पब्लिक के बारे में तू क्या सोचेगा तू तेरे को गन्ने का नहीं पता चाहे तू पी हुए मिठाई तू खावा जब तेने गन्ने का ही नहीं पता तो तू मिठाई कैसे खाता है मेरे को ये बता मारे हक दे दे और लोग लेकर काम नहीं चल लेगा शामी आ जा बिल में मत बढ़े मत बढ़े मत बढ़े माड़ी पे आज जो हम तुम नौजवान भी देख रहे हो एक लड़का ते लड़की जो ये भी हरियाणा आज जो हम आप देखे और खड़े हाँ इतने हरियाणा की बीबी नौजवान लड़का ते लड़की भी पहुंची आप इन्होंने गलबात करते हैं हाँ जी तुसी की कहना चाहते हो ये जो लड़का थोड़ा शर्मा रहा चलो बीबी नाल गल कर लेने आप आई तू रेल बेचता रे कट्टर तेरी बुआ आई रे तेरे खुशबे की माला गल रे रे तू आगे भी ना पाया रे तू जा रे लावे जा रे रे कट्टर तेरी बुआ आई रे रे तेरे दूध की माला गल रे मोदी मर जा रो जो ना गड़ी गड़ी में होई दूर मोटी मर गया उठी दूर सरकार मुर्दाबाद हुण जो आपां नूं दो वीर मिले ने हुण आपां इन्हां नाल गलबात करदे इन्हां दा नाम ते कित्थों ने हां जी वीर जी तुहाडा की नाम आ मेरा नाम बाप सिंह अच्छा वीर जी तुहाडा प्रभ सिंह प्रभ सिंह ते तुसीं कित्थों आए हो जी असीं फेम करने लई तो आए हां इह कलसीर दा पिंड ते मेरा पिंड पंगाला अच्छा जी ते तुसीं जो इत्थे आए हो ते मोदी सरकार नूं तुसीं की कहना चाहुंदे हो कोई विचार तुसीं दसणे चाहो मोदी सरकार नूं कहना चाहुंदा वी इन्नी जनता खराब हो रही है कि मुझे कला जाना नहीं है सारा मुल्क जो कमरा थोड़ा जरा इन्हें लोग जाकर बैठे हैं इन्हें डेढ़ महीने तो ज़्यादा लोगों में इश्यू हो गया बच्चे लोगों के नीचे लोगों के हाथ में ज्यादा लोग थोड़ा दो चार के बंदे जो पागल हो सकते हैं इन्हें इन्नी जनता पागल थोड़ी जी इतने की आ गई ये जरा लोगों को खराब कर रहा असि तो उ मोदी को बेनती करनी चाहते हैं अज भी जोड़ा अपने जोड़े कानून है कले कानून इन्होंने वापस किया जाए तो लोग जोड़े वो अपने घर वापस जा सही सलामत किसी का नुकसान ना हो तो अगे कोई भी नुकसान आता वा अज तक मैं मोदी सरकार
दसना चाहना भी अज तक किसी का कोई भी नुकसान इन्ना अंदोलन चल रहा इन्ने टाइम का किसी का मूंगफली तक भी किसी का कोई नुकसान हो जाए तो सानू दसे इन्ना शांतमई ढंग के नाल जिहड़ा अंदोलन चल रहा यो ही असं बार बार बेनती कर रहे भी तू जे कानून काले कानून जो वापस किया जाए तो लोगों जोड़ा वा वो आपो अपने घर के समझ में साइड कोई वैर नहीं गा कोई अनुरोध नहीं गा बस यही कानून वापस कराने वास्ते अपने हक लैन वास्ते अं मंगते तो है जी मंगने वास्ते नहीं लै आए अं आपके हक लैन वास्ते आए हैं हक लैके जाना वा जे तो चंकी यही गल है भी आपके जेड़े रद्द कानून रद्द किए जाए जो लागू किए लोगों के उत्ते असं आपका घर में जाइए होर मोदी सरकार मुरदाबाद मोदी सरकार मुरदाबाद। लो जी तुसी हुण ये वीरां दे जो विचार सुन ले ते होर अपडेट देखने लई तुसी साडा चैनल डी टाउन मीडिया कर लो सबसक्राइब जो सारे इत्थे दे अपडेट ने वो थोड़े तक पहुँचते रहेंगे जो जो उरे फैसिलिटीज़ ने वो भी सानू सारियां दस दांगे। चलो जी धन्यवाद जो कुछ विचार ने वह वीर अपने होर सांझा करने चाहुंदे आ भी जो 26 तरीक जे हल ना होया तां 26 तरीक नूं की करनगे वीर जी आज पुछदे वीर जी असं कहना चाहते हैं ये जेडे काले कानून आ ये रद्द नहीं होंगे ये तो रद्द हो जाए तो बहुत वधिया गल है जो नहीं रद्द होंगे तो अभी 26 जनवरी अपने तरीके मतलब 26 जनवरी का दिन इतिहासिक जोड़ा दिन गिनया जाएगा इतिहास गर्व होगा 26 जनवरी का किसान अपने तरीके में 26 जनवरी पहुँचे तो जिन्ना मर्जी कोई सरकार जोर ला रहा फिर असं मरण तो पिछले नहीं हटते असं मरण वास्ते सिख कौम की चिंता हुई है क्यों गुरु गोबिंद सिंह महाराज जी ने सानू अपने बच्चों का खून पा के अपनी जी सिख कौम नीह तो बहुत जी सिख कौम है मजबूत है कभी भी हारने वाली नहीं है हार के नहीं जाना असं तो जित के जाना भावें मर के साड़िया लाशा तो भावें जान असं उस तरह पिंडा में जाने वाले जित के जाएंगे असं मोदी बार बार यही कहते हैं जेकर काले कानून वापस करना चाहिए नहीं तो 26 जनवरी को साडा मुठ भेड़ा नहीं होना तो जे कोई नुकसान होंगे वो जी सेंटर की सरकार वो पूरी जिम्मेवार होती साडा कोई ये जिम्मेदारी अं तो उन्होंने बेनती करने हाथ जोड़ते हैं भी नुकसान किसी का ना ते जो मैं एक गल होर अपना विचार कहना चाहना जे कोई यह अपनी जो ऑन ड्यूटी आर्मी मैन ने जो 26 तरीक नू परेड होनी आ उहदे तक जे अपनी वीडियो पहुंचे उन्हूं मैं एक वीर नू कहना चाहना भी लुका के किसी ना किसी तरह जो जय जवान जय किसान का नारा असैंबली च एक बार गूंजते ता तुसी ला लो उत्थे जिहड़ा गोदी मीडिया वह भी यह गल कवर करूगा ते जो वह नारा होऊ एक बहुत बड़ा इतिहास चो बंदे का नारा मनिया जाऊ जे वो जे हो सके तो किसानी झंडा असैंबली च ही लहरा दे जिथे कि फौज की परेड होनी आ फौज का ही वो पंजाबी कोई पुत जे काम कर दे तो समझ लो भी गल जो पूरी सिरा हो जानी आ वह ये डर भी कढ़ दे भी वह सस्पेंड हो जू ज नौकरी तो उन्हें कढ़ देंगे ये गल नहीं जो हुंदा भी आता किसान भी जथेबंदियों भी मैं बेनती करना चाहना भी उन्हों तो बहर NRI भीर जिते इन्ना पैसा लंगर से लाता तो वो भी सारी जिंदगी उन्होंने काम करने की भी चाहे लौड़ ना पवे भी उन्होंने तनखाए किसान जथेबंदियां जा NRI भीर उन्होंने तनखाए ला देन भी जो सस्पेंड भी हों तो उन्होंने कोई बहुता फर्क ना पवे। धन्यवाद। इधर जो देख सकते हो साडिया लाडलियां नहिंग सिंह फौजा ने दिल्ली की हिक ते बन ते घोड़े लख लख रुपए के जो घोड़े ने तुम देख सकते हो जो पूरा दृश्य TDI मॉल के सामने जो नहिंग सिंह अपने बैठे ने जो पूरा दृश्य थोड़े सामने आ जो इतने चल रहा काम तुम पूरा देख सकते हो तो थोनू मैं अगे का जो दृश्य वह भी थोनू नाल दी नाल आपां अपडेट दिंदे रहने देख लो जो ਸਾਹਮਣੇ ਹੀ ਸਾਡੇ ਨਹਿੰਗ ਸਿੰਘ ਜਥੇਬੰਦੀਆਂ ਦੇ
किताबा लाई गई ने जो बाणी आ 24 घंटे पढ़ी जाती है। गुरु का लंगर अटुट वरतदा इत्थे जो TDI माल दी ये लोकेशन आ तुसी देख सकते हो। किसी ने सोचा भी नहीं होना भी जो दिल्ली आ उत्थे नहिंग सिंह अपने डेरे ला के पक्के तंबू गड देणगे। तुसी देख दो इत्थे जो घोड़िया नू खुराक तूड़ी भी घोड़िया लई लिया के रखी गई है जो पूरी इन्हां नू खुराक मिल रही आ। इधर जो चार ही पासे टेंटी टेंट तकरीबन 20 किलोमीटर तक जो लोगों का रहन बसेरा बनिया पिया। इधर जो इन्हों हरा चारा भी पाया जाता जो लोकेशन है इन्हों की तुम देख सकते हो। कदे तुम देखा नहीं होना भी एडे बड़े मॉल के सामने जो घोड़े बन्ने होन आज जो पहली बार इतिहास मैनू लगता है जो काम होया। करो चेक करो दृश्य तुसी बस हाले होर देखो अगे अगे बनता की आ। दिल्ली का सेंटर सरकार का जब तक धुआं नहीं निकलता उदों तक जो किसान ने वो पिछे नहीं हटते जो बिल ने वो रद्द करा के ही मुड़नगे। हुण आपां वो जगह क्रॉस कर चुके हैं जो गंदा नाला पिछे तुसी देख सकते हो जिथे झंडी लहरा रही है उत्थे जो सीगे बैरीगेट लाए सीगे। हुण जो पहला किसानों ने तोड़ते इधर अगे का माहौल थोड़े सामने जो फोटो ने लाइया गई मोदी दियाँ तुसी देख सकते हो। एडा बेशर्म बंदा कोई हो सकता जो अपनी इन्नी बेइज्जती कराउण दे बाद भी मतलब हार ना मने एडा उच्चा अहुदा होण दे बावजूद जे कोई अपने किसी के नाल माड़ी जी गल हो जाए अपनी कोई हदक कर दे आप बंदा मारन तक जाने तो ये तुम अणख देख सकते हो। तो जो मारी चुकी है जो इन किसान नहीं दिसते सड़कों पर पे अगे का थानू जो हम पूरा वो दिखा रहे हैं किमें किमें जो अगे माहौल आ देख सकते हो। जो ट्रैक्टर ट्रालियां लद लद के दिल्ली की हिक ते चाड़ियां जांदियां ने मोदी की तो होजू बस पर जो किसान ने यह हुण पिछे मुड़न का टीचा करके आए ने भी हुण पिछे नहीं हटना जो मर्जी हो जाए तन्ने कानून रद्द करा के जाने ने कोई सोध नहीं कोई कुछ नहीं रद्द तो बस रद्द। किसानां दी जो हुण गल आ वो हाँ जा ना ते होगी कि जब तक उन्होंने रद्द करो तां दसो जे नहीं करने तां भी दस दो तां असीं अपने होर जो तरीका वो अपना के फिर कर लांगे। फिर ये ना कहो भी जो नुकसान आ गौरमेंट का वो हो गया जानी माली कोई भी नुकसान हो गया उहदे लई जो सेंटर गौरमेंट आ वो आप जिम्मेवार होगी। इधर तुसीं देख सकते हो जो चीजा तुसी पहला भी नहीं देखिया भी नहीं होनी वह भी इतने हैगिया ने अगे थोनू जो पूरा वो दिखाने भी किमें किमें जो माहौल है इतने चल रहा कि काम चल रहे ने नाल साढ़े जुड़े रहो डिजिटल मीडिया। थोनू मैं एक चीज होर दिखा रहा जो ट्रालिया के उत्ते शरेआम लग्या जो आ गड्डी आ इहदे ते एक चीज जो निगाह रखी जा रही है जो गड्डिया के मूहरे कैमरे ला के भी सेंटर गौरमेंट के जो बिच कुछ शरारती अंसर ने छड़े हुए ने जो कि गड्डिया के मूहरे छोटे कैमरे ला के चेक कर रहे ने भी किन्ने किलोमीटर तक जो किसान बैठे ने ते किन्ना क जो कट्ठ हले भी बाकी है क्योंकि सेंटर गौरमेंट नू जो एक एक मिनट की रिपोर्ट आ वह सारी ये बंदे जो इन्हां दे बिच दल्ले छड़े हुए ने किसानां दे बिच कुछ जो पाड़ पाउण दी भी किसानां च कोशिश करदे आ छड़े हुए आ कैमरे भी ला के अपनियां गड्डिया ते जिदा मेरी वीडियो बन रही है कुछ इदा भी वीडियो बना रहे ने ते जो सेंटर तक पहुंच रही ने भी ता कि सेंटर गौरमेंट नू पता चल सके जो उरे कट्ठ आ वह किन्ना गा। श्री अकाल तुसी देख सकते हो जो जकारिया की आवाज गूंज रही है उरे दिल्ली की अज धरती ते जो किसानां ने आके जो अज दिल्ली की धरती आ वह भी पवित्र करती जो उरे बाणी
कई स्टेजा ते 24 घंटे चल रही आ। तुसी इधर देख सकते जो सामने ने सैमी परमानेंट टॉयलेट्स भी बनाई गई ने। ये जो लोकेशन है बिल्कुल हॉस्पिटल दे नज़दीक ही आ। जो इसे सैमी परमानेंट टॉयलेट्स बनाई गई ने। इधर जो साइड तो तुसी देख सकते हो मेडिकल कैंप बठिंडे तो दिल्ली। पूरे जो बैलून आ उच्चा करके लाया गया केसरी झंडे दे उते लिखा गया पंथ अवला। जो आपां एक होर दृश्य देखण नूं मिलिया तुसी देख सकते हो जो एक छोटी जी बच्ची भी इस संघर्ष च शामिल हुई। आपां तुसी इन्हां दे माता जी जो थोनू उरे डर नहीं लग रहा भी तुसी इन्ना जो अपना छोटा बच्चा इन्ने इकट्ठ च लैके आए हो जिथे लाठी चार्ज होने का भी 24 घंटे खतरा बनिया रहिंदा। नहीं जी बिल्कुल भी डर नहीं लग रहा, इत्थे सारे अपने ही भैण भरा ने, इत्थे डरन दी तां कोई गल ही नहीं है। जो थोड़े कोल छोटा जिहा बच्चा लोक दा अपनी औलाद नूं इन्ना सांभ के रखदे आ भीड़ वाले इलाके तों परे रखदे आ, तुसी अपनी औलाद नूं जो उरे लैके आए हो ते क्योंकि उरे जो हुण 26 जनवरी ज्यों ज्यों नज़दीक आ रही आ उरे जो फोर्स लगन दा खतरा पूरा बढ़ गया क्योंकि उदन मार्च भी होना ते हो सकदा भी जो लाठी चार्ज आ उह भी कीता जावे किसानां ते। जी साडा बच्चा कुजी कहिंदा कि मैं सिंघू बॉर्डर जाणा है। तुसी देख सकदे हो परवाह करे बगैर जो बॉर्डर ते पहुंचे ने थोनू एदां दी होर बहुत सारियां उरे सानू फोटोआं ते तस्वीरां देखण नूं मिल रहियां ने जिहड़ियां कि अपने दिल जद देखदे आ तो अपने दिल तो पुछण मजबूर हो जाने भी साडे दिल ते की बीतदी आ। ते होर थोनू पूरा जो उरे चल रहा दृश्य वह भी दिखा रहे नाल दी नाल। जो इधर तुसी देख सकते हो जो पुतले लगे हुए ने पूरे इधर थोनू जो दिखाने आ जो उरे जुत्तियां दे हार पाए गए ने और थोनू दिखा देंगे भी बहुत ही कुछ देखने वाला। तुसी उपर बैलून देखो उच्चा जो करके छड्या गया लिखा होया कहिंदे पंथे अवला। बाकी इत्थो पता लगता भी पंथ जो साडा अवला ही आ। तुसी इधर देख सकते हो ट्रैक्टरां दे मूहरे कंगणा मोदी अंबानी अडानी दे पुतले लाए हुए ने। इधर बहुत सारे जो दृश्य ने तुम देखण नूं जो तुसी देख सकते हो जे किसी वीर भाई का अपने जोड़ा टुट गए जिप टुट गए कोट की तां इधर महिंद सिंह वीर साडे बैठे ने जो जोड़िया की सेवा कर रहे हैं ते थले ला रहे ने जोड़िया दे जिते पूरा समान महिंद सिंह वीर का देख सकते हो। जो लोकेशन आप तुम दस दिना उधर लंगरा जो बैक साइड के पंथे वाले तो अगे आ गए जो इंडियन ऑयल आ इधर साइड से एच पी ऑयल आ उधर थोड़ा अगे ही जो महिंद सिंह वीर अपने बैठे ने। लो जी उदन जो आप पीजा जिथे लंगर चल रहा शंभू बार्डर से उसे लोकेशन दिखाई सी अच आप इन्होंने वीर अंदर जिथे पीजे बन रहे थो दिखावे इधर संगत दिखाने थानू इधर देख लो। जो तुम इधर मैं थोड़ा बैकग्राउंड पोस्टर दिखा लिया जी लोकेशन उदर थानू दसी थी उधर पांपा जो मेन स्टेज थोड़ा जी दूरी ते पांपा ते उत्थे जो चल रहा पीजे का लंगर इधर देख सकते हो जो बहुत ही है पीजे के लंगर ते राशा नाल जो कोल्ड ड्रिंक भी चल रहे होना जो आप जो रसोई आ जिथे बनता उत्थे दिखाने जो पतंदर ने सिरा ही कराया पिया। इधर बाई जी देख लो तुसी जो सारा प्रोसैस आ वह चल रहा उधर कट्टे जा रहे ने। इधर जो ऐदा नहीं भी पीजे बना के रख दो कले उन्हां च जिदा मार्केट च जो डब्बे ने वह चल रहे ने। इधर तुसी देख सकते हो जो पूरा प्रोसैस इधर सेवादार वीर साढ़े पीजे तुसी देख सकते हो पीजे पीजे पूरे वधिया तरीके चल रहे ने। इधर जो मशीना ने ये चल रही ने इधर जो पैक आदा नहीं भी बनाता पिज्जा रख दो पूरा चंगी तरह डब्बे च पैक करके फिर बरताया जाता।
ਹਾਂਜੀ ਬਾਬਾ ਜੀ ਕਿਵੇਂ ਚੱਲ ਰਿਹਾ ਕੰਮ ਆਪਣੀ ਸੇਵਾ ਦਾ? ਬੜੀ ਕਿਰਪਾ ਮਹਾਰਾਜ ਗੁਰਾਮਦਾਸ ਮਹਾਰਾਜ ਜੀ ਚਲਾ ਰਹੇ ਨੇ, ਕੋਈ ਚੱਲ ਰਿਹਾ ਜੀ। ਤੇ ਫਿਰ ਕੀ ਲੱਗਦਾ ਦੇਖ ਕੇ ਵੀ ਇਕੱਠ ਨੂੰ ਜਿੱਤ ਹੋਊਗੀ ਕਿਸਾਨਾਂ ਦੀ? ਹੁਣ ਤਾਂ ਚਾਹੀਏ ਜਿੱਤ, ਪਹਿਲਾਂ ਤੋਂ ਜਿੱਤਦੇ ਆਏ ਕਿਸਾਨ ਜਿੱਤਦੇ, ਹੁਣ ਵੀ ਜਿੱਤਣ ਗਏ। ਤੇ ਕੁਛ ਮੋਦੀ ਸਰਕਾਰ ਨੂੰ ਕਹਿਣਾ ਚਾਹੋ? ਮੋਦੀ ਸਰਕਾਰ ਨੂੰ ਮੰਨ ਜਾਣਾ ਚਾਹੀਦਾ, ਚੰਗੀ ਗੱਲ ਹੈ, ਮੰਨ ਜਾਣਗੇ ਤਾਂ ਚੰਗੇ ਰਹਿਣਗੇ, ਨਹੀਂ ਤਾਂ ਆਪਣਾ ਕਹਿੰਦੇ ਹੁੰਦੇ ਉਹ ਕਹਿੰਦੇ ਹੁੰਦੇ ਵੀ ਉਹਨਾਂ ਦੀ ਪਾਰਟੀ ਖਤਮ ਹੋ ਜਾਊਗੀ। ਇੱਧਰ ਆ ਵੀਰ ਜੀ, ਕੁਛ ਕਹਿਣਾ ਚਾਹੁੰਦਾ? ਕਹਿੰਦੇ ਪਹਿਲਾਂ ਪਿਆਰ ਨਾਲ ਫਿਰ ਹਥਿਆਰ ਨਾਲ। ਇੱਧਰ ਤੁਸੀਂ ਦੇਖ ਲਓ ਜੋ ਪੀਜ਼ਾ ਮਸ਼ੀਨਾਂ ਚੱਲ ਰਹੀਆਂ ਨੇ, ਇੱਧਰ ਬਾਬਾ ਜੀ ਦੇਖ ਲਓ ਬਣਾਉਣ ਲੱਗੇ ਪਏ ਨੇ ਪੀਜ਼ੇ ਪੂਰੇ ਜ਼ੋਰਾਂ ਤੇ। ਹਾਂਜੀ ਬਾਬਾ ਜੀ ਕਿਵੇਂ ਚੱਲ ਰਿਹਾ ਲੰਗਰ ਦਾ ਕੰਮ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਕੁਛ ਕਹਿਣਾ ਚਾਹੋ ਜੀ? ਕੀ ਕਹਿਣਾ ਬੀਜੀ, ਵਧੀਆ ਫਸਟ ਕਲਾਸ ਆ ਜੀ, ਗੁਰੂ ਰਾਮਦਾਸ ਦਾ। ਠੀਕ ਹੈ ਜੀ, ਇੱਧਰ ਆਪਾਂ ਹੋਏ ਬਾਬੇ ਮਾੜੇ ਸਾਈਡ ਤੇ, ਇੱਧਰ ਜੋ ਤੁਹਾਨੂੰ ਪੂਰੇ ਸੇਵਾਦਾਰ ਵੀ ਸਾਡੇ ਇੱਧਰ ਵੀ ਨੇ। ਦੇਖੋ ਵੀਰ ਜੀ ਇੱਧਰ, ਇੱਧਰ ਜੋ ਚੱਲ ਰਿਹਾ ਪੀਜ਼ੇ ਦਾ ਪੂਰਾ ਪ੍ਰੋਸੈਸ ਤੁਹਾਨੂੰ ਦਿਖਾਦਾ। ਇੱਧਰ ਜੋ ਪੀਜ਼ੇ ਪੈਕ ਹੋ ਰਹੇ ਨੇ, ਇੱਧਰ ਜੋ ਉੱਧਰ ਦੀ ਪੀਜ਼ਾ ਪਾਉਂਦੇ, ਤੇ ਇੱਧਰ ਦੇਖ ਲਓ ਤੁਸੀਂ ਵਧੀਆ ਤਰੀਕੇ ਨਾਲ ਬਣ ਕੇ ਨਿਕਲ ਹੋਇਆ। ਇਹ ਲੱਗ ਨਹੀਂ ਰਿਹਾ ਵੀ ਕਿਸਾਨ ਮੋਦੀ ਨੂੰ ਉਮੀਦ ਨਹੀਂ ਸੀ ਜੋ ਲੰਗਰ ਵੀ ਇੰਨੇ ਤਕੜੇ ਚੱਲ ਜਾਣਗੇ। ਤੇ ਹੁਣ ਤੁਸੀਂ ਦੇਖ ਹੀ ਲਿਆ ਇੱਧਰ ਜੋ ਮਸ਼ੀਨਾਂ ਨੇ ਉਹ ਵੀ ਆਟਾ ਗੁੰਨਣ ਵਾਲੀਆਂ ਲਾਈਆਂ ਗਈਆਂ ਨੇ। ਇੱਧਰ ਜੋ ਕੋਕ ਦਾ ਜੋ ਪੂਰਾ ਸਟਾਕ ਆ ਤੁਸੀਂ ਦੇਖ ਸਕਦੇ, ਇੱਧਰ ਜੋ ਵੀਰਾਂ ਨੇ ਆਪਣਾ ਰਹਿਣ ਬਸੇਰਾ ਲਾਇਆ ਹੋਇਆ। ਇੱਧਰ ਚੱਲ ਰਿਹਾ ਪੂਰਾ ਕੰਮ, ਇੱਧਰ ਜੋ ਨਾਲ ਦੀ ਨਾਲ ਕੋਲਡ ਡਰਿੰਕ, ਤੇ ਇੱਧਰ ਜੋ ਵੀਰ ਸਾਡੇ ਸੇਵਾਦਾਰ ਕੰਮ ਕਰ ਰਹੇ ਨੇ। ਹਾਂਜੀ ਵੀਰ ਜੀ ਕਿਵੇਂ ਚੱਲ ਰਹੀ ਹੈ ਸੇਵਾ ਆਪਣੀ? ਬਹੁਤ ਵਧੀਆ ਚੱਲ ਰਹੀ ਹੈ, ਕੁਛ ਤੁਸੀਂ ਕਹਿਣਾ ਚਾਹੋ ਮੋਦੀ ਸਰਕਾਰ ਨੂੰ ਕਾਨੂੰਨਾਂ ਬਾਰੇ ਵੀ ਰੱਦ ਹੋਣਗੇ ਜਾਂ ਨਹੀਂ? ਹੋਣਗੇ ਜੀ, ਜ਼ਰੂਰ ਹੋਣਗੇ, ਜਾਂ ਹੌਸਲਾ ਚਾਹੀਦਾ ਲੋਕਾਂ ਦਾ, ਬੁਲਾਉਣ ਦਾ ਹੌਸਲਾ ਨਾ ਜ਼ਰੂਰ ਹੋਊਗਾ, ਮੈਦਾਨ ਨਾ ਛੱਡਣ, ਲੋਕ ਜ਼ਰੂਰ ਰੱਦ ਕਰਾ ਕੇ ਜਾਵਾਂਗੇ। ਤੁਸੀਂ ਜੋ ਇਕੱਠ ਦੇਖ ਸਕਦੇ ਹੋ ਸੰਘਰਸ਼ ਚ ਜੋ ਕਿੰਨਾ ਹੋ ਚੁੱਕਿਆ, ਉੱਧਰ ਜੋ ਲੰਗਰ ਚੱਲ ਰਿਹਾ ਪੀਜ਼ੇ ਦਾ ਤੁਸੀਂ ਇਕੱਠ ਦੇਖਦੇ ਹੋ, ਨਾਲ ਦੀ ਨਾਲ ਜੋ ਕੋਲਡ ਡਰਿੰਕ ਜੋ ਇਕੱਠ ਪੂਰੇ ਜ਼ੋਰਾਂ ਤੇ ਆ। ਹਰਿਆਣਵੀ ਵੀਰ ਵੀ ਜੋ ਆਪਣਾ ਸਾਥ ਦੇ ਰਹੇ, ਲੋਕੇਸ਼ਨ ਤੁਸੀਂ ਦੇਖ ਲਈ ਇਹਦੀ, ਜੋ ਪੰਪ ਦੇ ਬਿਲਕੁਲ ਓਪੋਜਿਟ ਸਾਈਡ ਤੇ ਆ, ਇੱਥੋਂ ਮਿਲਣਾ ਤਾਂ ਅੱਧਾ ਕਿਲੋਮੀਟਰ, ਕਿਲੋਮੀਟਰ ਤੇ ਜੋ ਮੇਨ ਸਟੇਜ ਆ ਇਹਦੇ ਸਾਈਡ ਤੇ ਜੋ ਕੇ ਐਫ ਸੀ ਆ, ਤੁਸੀਂ ਇਕੱਠ ਦੇਖ ਲਓ ਪੂਰਾ। ਜੋ ਇਕੱਠ ਆ ਉਹ ਹੋਰ ਵਾਧਾ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਜੋ ਪੂਰਾ ਮਾਹੌਲ ਆ। ਇੱਧਰ ਜੋ ਤੁਹਾਨੂੰ ਹੁਣ ਵੀਰ ਸੇਵਾਦਾਰ ਚੱਲ ਰਿਹਾ ਪੀਜ਼ੇ ਦਾ ਤੁਹਾਨੂੰ ਦਿਖਾਤਾ, ਇੱਧਰ ਜੋ ਛੋਟੇ ਛੋਟੇ ਬੱਚੇ ਨੇ ਇਹ ਉਹਨਾਂ ਨੂੰ ਵੀ ਓਪਨ ਦੇ ਟ੍ਰੀਟ ਕਰ ਰਹੇ ਨੇ ਨਾਲ ਪੀਜ਼ਾ ਵਿਦ ਕੋਕ। ਅੰਦਰ ਜੋ ਤੁਹਾਨੂੰ ਰਸੋਈ ਦਾ ਵਿਜ਼ਿਟ ਉਹ ਹੋ ਚੁੱਕਿਆ, ਹੁਣ ਤੁਹਾਨੂੰ ਜੋ ਪੂਰਾ ਅੱਗੇ ਦਿਖਾਤਾ। ਆਪਾਂ ਹੁਣ ਹੋਰ ਅਪਡੇਟ ਦੇਖਣ ਲਈ ਆਪਣੇ ਚੈਨਲ ਨਾਲ ਜੋ ਜੁੜੇ ਰਹੋ। ਹੈਲੋ 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 ਹੈਲੋ, ਲਓ ਜੀ ਹੁਣ ਆਪਾਂ ਜੋ ਖਾਲਸਾ ਏਡ ਮਾਲ, ਕਿਸਾਨ ਮਾਲ ਖੁੱਲਿਆ ਖਾਲਸਾ ਏਡ ਵੱਲੋਂ, ਹੁਣ ਉੱਤੇ ਆਪਾਂ ਆਇਆ ਤੇ ਜੋ ਅੱਜ ਕੁਝ ਕਾਰਨਾਂ ਕਰਕੇ ਇਹ ਜੋ ਕਲੋਜ਼ ਆ, ਕਿਉਂਕਿ ਇੱਥੇ ਬਹੁਤ ਹੀ ਲੋਕ ਆਉਂਦੇ ਆ। ਜੋ ਸਮਾਨ ਨੇ ਇੱਥੇ ਇੱਕ ਮਾਲ ਦੀ ਤਰ੍ਹਾਂ ਹੀ ਬਿਲਕੁਲ ਰੱਖਿਆ ਗਿਆ, ਉਹਨੂੰ ਇੱਕ ਜਗ੍ਹਾ ਸੈੱਟ ਵੀ ਕਰਨਾ, ਇਸ ਲਈ ਜੋ ਅੱਜ ਦੇ ਦਿਨ ਇਹ ਕਲੋਜ਼ ਸੀ। ਤੇ ਆਪਾਂ ਉਰੇ ਸਿਰਫ ਵੀਡੀਓ ਬਣਾਉਣ ਲਈ ਆਏ ਤੇ ਤੁਹਾਨੂੰ ਜਿਹੜੇ ਉਰੇ ਸਮਾਨ ਖਾਲਸਾ ਏਡ ਵੱਲੋਂ ਕਿਸਾਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਉਹ ਦਿਖਾਉਂਦੇ ਹਾਂ, ਤੇ ਜੋ ਵੀਰ ਆਪਣੇ ਉਰੇ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ। ਆ ਜਾਓ ਹੁਣ ਜੋ ਤੁਹਾਨੂੰ ਦਿਖਾਉਂਦੇ ਹਾਂ ਬਿਲਕੁਲ ਆਪਣਾ ਖਾਲਸਾ ਏਡ ਕਿਸਾਨ ਮਾਲ, ਤੁਸੀਂ ਇੱਧਰ ਦੇਖ ਸਕਦੇ ਹੋ ਐਂਟਰ ਹੁੰਦੀ ਸਾਰ ਜੋ ਇਹਦੀ ਐਂਟਰੀ ਆ ਉਹ ਵੈਸੇ ਬਾਇਕ ਸਾਈਡ ਤੋਂ ਕੀਤੀ ਜਾਂਦੀ ਆ। ਇੱਧਰ ਜੋ ਫਸਟ ਰੈਕ 'ਚ ਆ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਚੱਪਲ ਨੇ, ਲੇਡੀਜ਼ ਜੈਂਟਸ ਜੋ ਇੱਥੇ ਰੈਕ 'ਚ ਨੇ ਜੋ ਚੱਪਲ ਲਾਏ ਗਏ ਨੇ, ਇੱਧਰ ਜੋ ਸ਼ੂਜ਼ ਨੇ ਉਹ ਨੇ, ਅਤੇ ਇੱਧਰ ਜੋ ਬੂਟ ਨੇ ਗਰਮ ਬੂਟ ਅਗਲੇ ਰੈਕ 'ਚ ਆਉਂਦੀ ਸਾਰ ਇੱਧਰ ਜੋ ਪੂਰਾ ਪ੍ਰਬੰਧ ਕੀਤਾ ਗਿਆ। ਇੱਧਰ ਤੁਸੀਂ ਦੇਖ ਸਕਦੇ ਹੋ ਆਇਲ, ਨਾਰੀਅਲ ਆਇਲ ਅਤੇ ਸਰ੍ਹੋਂ ਦਾ ਤੇਲ ਆ ਜੋ ਇੱਥੇ, ਅਤੇ ਇੱਧਰ ਜੋ ਰੱਖੀ ਗਈ ਆ ਹੱਥਾਂ 'ਤੇ ਲਾਉਣ ਨੂੰ ਖੁਸ਼ਕੀ ਤੋਂ ਕਰੀਮ ਰੱਖੀ ਗਈ ਆ, ਕਿਉਂਕਿ ਦਿੱਲੀ 'ਚ ਜੋ ਥੋੜ੍ਹੀ ਪ੍ਰੋਬਲਮ ਮੱਛਰ ਦੀ ਆ ਰਹੀ ਆ ਉਹਦੇ ਲਈ ਜੋ ਓਡੋਮੋਸ, ਅਤੇ ਇੱਧਰ ਜੋ ਕੱਪੜੇ ਧੋਣ ਲਈ ਬੁਰਸ਼, ਅਤੇ ਇੱਧਰ ਬਾਅਦ ਜੋ ਦੇਖ ਸਕਦੇ ਹੋ ਵੀ ਕੱਪੜੇ ਧੋਣ ਲਈ ਬੁਰਸ਼ ਨਾਲ ਇਕੱਲਾ ਜੋ ਨਹੀਂ ਸਰਨਾ, ਇਸ ਲਈ ਜੋ ਸਾਬਣ ਉਹ ਰੱਖਿਆ ਗਿਆ ਦੋ ਰੈਕ 'ਚ, ਅਤੇ ਇੱਧਰ ਜੋ ਥੱਲੇ
ਇਹ ਵੀ ਜੋ ਸਾਬਣ ਆ ਟਿੱਕੀ ਵਾਲਾ ਉਹ ਰੱਖਿਆ ਗਿਆ, ਜੋ ਥੱਲੇ ਆਪਣਾ ਵਧੀਆ ਕੁਆਲਿਟੀ ਦਾ ਜੋ ਸਰਫ ਆ ਈਜ਼ੀ ਵਗੈਰਾ ਰੱਖਿਆ ਗਿਆ, ਕਿਉਂਕਿ ਉਰੇ ਜੋ ਕਿਸਾਨ ਵੀਰਾਂ ਨੂੰ ਆਇਆਂ ਨੂੰ ਬਹੁਤ ਦਿਨ ਹੋ ਗਏ, ਸਿੱਖਧਾਰੀ ਹੋਣ ਕਰਕੇ ਉਹਨਾਂ ਨੂੰ ਜੋ ਸਿਰ ਵੀ ਧੋਣਾ ਪੈਂਦਾ, ਇਸ ਲਈ ਉਹਨਾਂ ਦੇ ਸਿਰ ਧੋਣ ਲਈ ਜੋ ਸ਼ੈਂਪੂ ਆ A1 ਕੁਆਲਿਟੀ ਦਾ ਸ਼ੈਂਪੂ ਰੱਖਿਆ ਗਿਆ। ਇੱਧਰ ਦੇਖ ਸਕਦੇ ਹੋ ਜੋ ਤੁਸੀਂ ਬਾਥਿੰਗ ਸੋਫ ਬੈਸਟ ਕੁਆਲਿਟੀ, ਇੱਧਰ ਡਿਟੋਲ ਲਕਸ ਅਤੇ ਨੰਬਰ 1, ਥੱਲੇ ਤੁਸੀਂ ਦੇਖ ਸਕਦੇ ਹੋ ਲਾਈਫ ਬੋਆਏ, ਅਤੇ ਜੋ ਇੱਧਰ ਸਾਰੇ ਇਹ ਸਾਬਣ ਨੇ, ਅਤੇ ਉਹ ਤੋਂ ਬਾਅਦ ਅਗਲੇ ਰੈਕ 'ਚ ਰੱਖਿਆ ਟੁੱਥ ਪੇਸਟ। ਹੁਣ ਜੋ ਆਪਾਂ ਉਰੇ ਪ੍ਰਸ਼ਾਦਾ ਪਾਣੀ ਛਕਦੇ ਹਾਂ, ਕਈ ਵਾਰ ਆਪਣੇ ਮੂੰਹ 'ਚੋਂ ਜੋ ਸਮੈਲ ਆਉਂਦੀ ਆ, ਕੀਟਾਣੂ ਆ ਜਾਂਦੇ ਆ, ਉਹਦਾ ਵੀ ਪ੍ਰਬੰਧ ਕੀਤਾ ਗਿਆ। ਜੋ ਉਰੇ ਕੋਲਗੇਟ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਅਗਲੇ ਰੈਕ 'ਚ ਭਾਂਤ ਭਾਂਤ ਦਾ ਜੋ ਕੋਲਗੇਟ ਆ। ਉਹ ਤੋਂ ਬਾਅਦ ਇਕੱਲੇ ਕੋਲਗੇਟ ਨਾਲ ਤਾਂ ਆਪਾਂ ਬੁਰਸ਼ ਨਹੀਂ ਕਰ ਸਕਦੇ, ਇਸ ਲਈ ਬ੍ਰੱਸ਼ ਵੀ ਜੋ ਰੱਖੇ ਗਏ ਨੇ। ਇੱਧਰ ਜੋ ਵੀਰ ਨੇ ਅੱਜ ਸੇਵਾ ਨਿਭਾ ਰਹੇ ਨੇ, ਅਤੇ ਇੱਧਰ ਉੱਧਰ ਬਾਅਦ ਦੇਖ ਸਕਦੇ ਤੁਸੀਂ ਹੁਣ ਜੋ ਸਮਾਨ ਉਰੋਂ ਬੰਦਾ ਲੈ ਕੇ ਜਾਊ ਉਹਦਾ ਵੀ ਪ੍ਰਬੰਧ ਆ। ਬਿਲਕੁਲ ਇੱਕ ਪੂਰੇ ਜਿਵੇਂ ਆਪਾਂ ਮੌਲ 'ਚ ਘੁੰਮਦੇ ਹਾਂ ਉੱਦਾਂ ਹੀ ਆ, ਕੀ 'ਚ ਲੈ ਕੇ ਜਾਊ, ਇਸ ਲਈ ਉਹਨੂੰ ਬੈਗਸ ਵੀ ਜੋ ਦਿੱਤਾ ਜਾਂਦਾ। ਇੱਧਰ ਜੋ ਇੱਧਰ ਬੋਟਲਸ ਨੇ, ਜੋ ਹੀਟਿੰਗ ਬੋਟਲਸ ਨੇ ਉਹ ਵੀ ਦਿੱਤੀਆਂ ਜਾਂਦੀਆਂ ਨੇ। ਇੱਧਰ ਜੋ ਛੋਟੇ ਬੱਚੇ ਪੌਂਚੇ ਨੇ ਉਹਨਾਂ ਨੂੰ ਕਈ ਵਾਰ ਟੋਇਲਟ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ, ਇਸ ਲਈ ਉਹਨਾਂ ਨੂੰ ਜੋ ਆਹ ਨੇ ਲੱਗਦੇ ਆ ਵੀ ਉਹ ਪੈਡਸ ਦਿੱਤੇ ਗਏ ਨੇ। ਅਤੇ ਇੱਧਰ ਜੋ ਕੱਪੜੇ ਹੋਰ ਨੇ, ਇੱਧਰ ਦੇ ਤੁਸੀਂ ਦੇਖ ਸਕਦੇ ਹੋ ਵੀ ਠੰਡ ਹੋਣ ਕਾਰਨ ਜੋ ਸੌਕਸ ਦੀ ਲੋੜ ਪੈਂਦੀ ਹੈ। ਇੱਧਰ ਸੌਕਸ ਦੇ ਜੋ ਰੈਕ ਨੇ, ਅਤੇ ਇੱਧਰ ਜੋ ਜੈਂਟਸ ਤੁਸੀਂ ਬਣਾਉਣਾ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਉਹ ਰੱਖੀਆਂ ਗਈਆਂ ਨੇ। ਅਤੇ ਉਹ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਅੰਡਰਵੀਅਰ ਰੱਖੇ ਗਏ ਨੇ। ਨਹਾਉਣ ਦਾ ਵੀ ਪੂਰਾ ਪ੍ਰਬੰਧ ਆ, ਅਤੇ ਨਹਾਉਣ ਲਈ ਤੁਹਾਨੂੰ ਜਿਹੜੇ ਟਾਵਲਸ ਨੇ ਉਹਨਾਂ ਦੀ ਵੀ ਲੋੜ ਪੈਣੀ ਆ। ਟਾਵਲਸ ਤੋਂ ਬਾਅਦ ਠੰਡ ਹੋਣ ਕਾਰਨ ਤੁਹਾਨੂੰ ਜੋ ਲੋਈ ਸ਼ੋਲ, ਲੇਡੀਜ਼ ਇੱਧਰ ਲੋਈ ਅਤੇ ਇੱਧਰ ਸ਼ੋਲ, ਉਹਨਾਂ ਦਾ ਵੀ ਲੇਡੀਜ਼ ਲਈ ਪੂਰਾ ਪ੍ਰਬੰਧ ਆ। ਅਤੇ ਮਫਲਰ ਤੁਸੀਂ ਦੇਖ ਸਕਦੇ ਹੋ, ਜੋ ਉਰੇ ਅੰਡਰ ਗਾਰਮੈਂਟਸ ਗਰਮ ਕੱਪੜੇ ਨੇ ਉਹ ਤੋਂ ਬਾਅਦ ਉਹ ਰੱਖੇ ਗਏ ਨੇ। ਅਤੇ ਹੁਣ ਆਪਾਂ ਉਰੇ ਦੇਖਾਂਗੇ ਜੇ ਇੱਧਰ ਟੋਪੀਆਂ ਵੀ ਨੇ ਜੋ ਮੋ ਨੇ ਮੇਰੇ ਵੀਰ ਨੇ। ਹੁਣ ਆਪਾਂ ਵੀਰ ਜੀ ਤੋਂ ਪੁੱਛਾਂਗੇ ਜੋ ਇਹਨਾਂ ਦਾ ਪੇਪਰ ਆ ਜੋ ਲੈ ਕੇ ਆਪਾਂ ਅੰਦਰ ਆ ਸਕਦੇ ਹਾਂ, ਉਹ ਪ੍ਰੋਸੈਸ ਕੀ ਆ। ਜੋ ਵੀਰ ਜੀ ਫ੍ਰੀ ਹੋ ਇੱਕ ਮਿੰਟ ਬੋਲਦਾ। ਅੱਗੇ ਜੋ ਆਪਾਂ ਦਿਖਾਉਂਦੇ ਹਾਂ ਇੱਧਰ ਜੋ ਇਹਨਾਂ ਦਾ ਸਟੋਰ ਆ ਵਿਜ਼ਿਟ ਕਰ ਰਹੇ ਹਾਂ। ਇੱਧਰ ਤੁਸੀਂ ਦੇਖ ਸਕਦੇ ਹੋ ਜੋ ਪੂਰਾ ਸਮਾਨ ਪਿਆ ਇੱਧਰ ਆਪਣੇ ਸੇਵਾਦਾਰ ਵੀਰ। ਵੀਰੇ ਕਿਵੇਂ ਚੱਲ ਰਹੀ ਆ ਆਪਣੀ ਖਾਲਸਾ ਏਡ ਦੀ ਸੇਵਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਸੇਵਾ ਵੀਰੇ ਉਰੇ ਕਿਵੇਂ ਚੱਲ ਰਹੀ ਆ? ਜੋ ਮੈਨੂੰ ਲੱਗਦਾ ਉਰੇ ਤਕਰੀਬਨ ਹਰੇਕ ਜੋ ਸੰਘਰਸ਼ ਚ ਚੀਜ਼ ਦੀ ਲੋੜ ਆ ਉਹ ਸਾਰਾ ਮਿਲ ਰਿਹਾ। ਇਹ ਤਾਂ ਕੁਛ ਵੀ ਨਹੀਂ ਹੈਗਾ ਹਲੇ, ਇਹ ਤਾਂ ਸਿਰਫ ਮੇਨ ਡਿਸਪਲੇ ਵਾਸਤੇ ਹੈਗਾ ਸਮਾਨ, ਨਹੀਂ ਤਾਂ ਪਿੱਛੇ ਜਿੰਨੀ ਵੀ ਘੱਟੋ ਘੱਟ ਮੈਂ ਕਹਿੰਦਾ 10-15 ਦੁਕਾਨਾਂ ਹੈਗੀਆਂ ਨੇ, ਉਹ ਸਾਰੀ ਫੁੱਲ ਨੇ। ਕੋਈ ਇੱਕ ਦੁਕਾਨ ਸ਼ੂਜ਼ ਦੀ ਫੁੱਲ ਹੈ, ਇੱਕ ਦੁਕਾਨ ਸਲੀਪਰਸ ਦੀ ਫੁੱਲ ਆ, ਇੱਕ ਸੌਕਸ ਦੀ, ਇੱਕ ਗਲਵਸ ਦੀ, ਇੱਦਾਂ ਕਰਕੇ ਪਿੱਛੇ ਸਟੋਕ ਸਾਡਾ ਹੈਗਾ ਹੈ, ਇਹ ਡਿਸਪਲੇ ਹੈਗੀ ਖਾਲੀ। ਅਤੇ ਇੱਧਰ ਇੱਕ ਮਿੰਟ ਵੀ ਸਾਈਡ ਹੋਇਓ, ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੋ ਪੂਰਾ ਸਟੋਕ ਆ। ਵੀਰ ਜੀ ਨੇ ਤੁਹਾਨੂੰ ਦੱਸਤਾ ਵੀ ਜਿਵੇਂ ਹੁਣ ਚੱਪਲਾਂ, ਬੂਟ, ਕੋਲਗੇਟ ਜੋ ਵੀ ਸਮਾਨ ਆ ਉਹਦਾ ਇਕੱਲਾ ਰੈਕਸ 'ਚ ਨੀਗਾ, ਇਹ ਜਿਵੇਂ ਇੱਕ ਕਹਿੰਦੇ ਨੇ ਆਪਾਂ ਇੱਕ ਚੀਜ਼ ਦਾ ਇੱਕ ਗੁਡਾਊਨ ਆ। ਇੱਧਰ ਤੁਸੀਂ ਦੇਖ ਸਕਦੇ ਹੋ ਜੋ ਕੱਪੜੇ ਨੇ ਪੂਰੇ ਗਰਮ ਉਹ ਉਰੇ ਜੋ ਰੱਖੇ ਗਏ ਨੇ। ਇੱਧਰ ਤੁਸੀਂ ਦੇਖ ਸਕਦੇ ਹੋ ਜੋ ਪੂਰੇ ਜੁਰਾਬਾਂ, ਜੋ ਪੂਰਾ ਪ੍ਰਬੰਧ ਕਿਸਾਨਾਂ ਲਈ ਕੀਤਾ ਗਿਆ। ਇੱਧਰ ਤੁਸੀਂ ਦੇਖ ਸਕਦੇ ਹੋ ਜੋ ਗਰਮ ਕੋਟ ਮੈਂ ਤੁਹਾਨੂੰ ਦਿਖਾ ਸਕਦਾ। ਇੱਧਰ ਜੋ ਤੁਸੀਂ ਵਧੀਆ ਕੱਪੜੇ ਆਪਾਂ ਘਰ 'ਚ ਪਾਉਂਦੇ ਹਾਂ ਬਿਲਕੁਲ ਉੱਦਾਂ ਦੇ ਹੀ ਜੋ ਕੱਪੜੇ ਨੇ ਉਰੇ ਰੱਖੇ ਗਏ ਨੇ। ਤੁਸੀਂ ਦੇਖ ਸਕਦੇ ਹੋ ਇਹ ਜੋ ਕੱਪੜੇ ਨੇ ਕਿਸਾਨਾਂ ਲਈ ਭੇਜੇ ਨੇ, ਤੁਸੀਂ ਦੇਖ ਸਕਦੇ। ਇੱਧਰ ਲਓ ਵਰਸਾਚੇ ਜੋ ਕਿਸਾਨਾਂ ਲਈ, ਇਹ ਬਿਲਕੁਲ ਏ ਕਲਾਸ ਕੱਪੜੇ ਦੀ ਜੋ ਵੀਰ ਜੀ ਕੁਆਲਿਟੀ ਆ ਉਹ ਵੀ ਮੈਨੂੰ ਦੇਖਣ ਨੂੰ ਵੀ ਏ ਕਲਾਸ ਲੱਗਦੀ ਆ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਕੰਪਨੀ ਦੀ ਸਵੈਟਰ ਹੁੰਦੀ ਨੇ ਉਸ ਸਾਲ ਦੀ, ਉਹ ਸਾਰੀ ਓਰਿਜਨਲੀ ਹੈਗੇ। ਸ਼ੂਜ਼ ਵੀ ਜਦ ਤੱਕ ਕਿ ਤੁਸੀਂ ਵੇਖ ਲਓ ਓਰਿਜਨਲੀ ਮਿਲਣਗੇ ਤੁਹਾਨੂੰ, ਕਾਪੀ ਜਿਹਨੂੰ ਕਹਿੰਦੇ ਆ ਨਾ ਆਪਾਂ, ਉਹ ਬਿਲਕੁਲ ਮਾਰਕੀਟ ਰੇਟ ਮਤਲਬ ਸਭ ਦਾ ਹਾਈ ਫਾਈ ਹੈਗਾ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਇਹ ਫੜੀ ਵਾਲਾ ਮਾਲ ਹੈਗਾ, ਬਿਲਕੁਲ ਓਰਿਜਨਲ, ਕਿਉਂਕਿ ਸੰਗਤ ਦੀ ਸੇਵਾ ਹੈਗੀ ਦਿਲ ਤੋਂ। ਸੰਗਤ ਇੰਨੀ ਹੈਗੀ ਮਤਲਬ ਬਾਹਰ ਹਰ ਸੰਗਤ ਦੇ ਹੱਥ 'ਚ ਕਹਿ ਰਹੀਏ ਇਹ ਸੇਵਾ ਹੈਗੀ, ਇਹ ਸੇਵਾ ਹੈਗੀ, ਮਤਲਬ ਪਰਚੀਆਂ ਭਾਜੀ ਕੱਟ ਰਹੇ ਨੇ, ਪਰ ਬਹੁਤ ਸੇਵਾ ਹੈਗੀ, ਗੁਰੂ ਸਾਹਿਬ ਦੀ ਕਿਰਪਾ ਹੈ ਇੱਥੇ। ਇੱਧਰ ਵੀ ਜੋ ਵੀਰ ਜੀ ਕੋਈ ਸਟੋਰ ਹੈਗਾ ਆਪਣਾ ਇੱਧਰ? ਹਾਂਜੀ ਇੱਥੇ ਵੀ ਸਟੋਰ ਹੀ ਹੈਗਾ ਸਾਰਾ। ਅਤੇ ਜੋ ਹੁਣ ਇੱਧਰ ਆਪਾਂ ਬੈਕ ਸਾਈਡ 'ਤੇ ਇੱਧਰ ਮੌਲ 'ਤੇ ਆਏ ਹਾਂ, ਤੁਸੀਂ ਇੱਧਰ ਵੀ ਤੁਹਾਨੂੰ ਮੈਂ ਦਿਖਾ ਦਾਂ। ਇੱਧਰ ਜੋ ਕਲੀਨਿਕ ਵਗੈਰਾ ਦਾ ਇਹਨਾਂ ਨੇ ਰੱਖਿਆ, ਇੱਧਰ ਬੀਚ 'ਚ ਆਪਣੇ ਬੈਠੇ ਆ, ਅਤੇ ਤੁਹਾਨੂੰ
ਤੁਸੀਂ ਇੱਧਰ ਵੀ ਦੇਖ ਸਕਦੇ ਹੋ ਜੋ ਬੂਟ ਨੇ ਇੱਥੇ ਬੂਟਾਂ ਦੀ ਜੋ ਕੁਆਲਿਟੀ ਵੀ ਮੈਂ ਤੁਹਾਨੂੰ ਇੱਕ ਬੂਟ ਦੇ ਜੋ ਸਾਈਡ ਤੇ ਪਏ ਨੇ ਆਪਣੇ ਤੇ ਮੈਂ ਇਹ ਵੀ ਤੁਹਾਨੂੰ ਦਿਖਾ ਰਿਹਾ ਇੱਧਰ ਇੱਕ ਬੂਟ ਆਪਾਂ ਨੂੰ ਜੋ ਖੁੱਲਾ ਮਿਲ ਗਿਆ ਤੁਸੀਂ ਦੇਖ ਸਕਦੇ ਹੋ ਜੋ ਬੂਟ ਕਿਸਾਨਾਂ ਲਈ ਉਹ ਵੀ ਪੂਰੇ ਫਸਟ ਕਲਾਸ ਨੇ ਕਿਉਂਕਿ ਮੀਂਹ ਕਣੀ ਦਾ ਮੌਸਮ ਹੈ ਇਸ ਲਈ ਜੋ ਤਰਪਾਲਾਂ ਦਾ ਪ੍ਰਬੰਧ ਆ ਉਹ ਵੀ ਪੂਰਾ ਕੀਤਾ ਗਿਆ ਤੇ ਹੋਰ ਅਪਡੇਟ ਦੇਖਣ ਲਈ ਤੁਸੀਂ ਆਪਣੇ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਪਤਾ ਜੋ ਹੁਣ ਆਪਾਂ ਖਾਲਸਾ ਏਡ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰਕੇ ਆਏ ਆ ਉੱਥੇ ਦਾ ਪੂਰਾ ਜੋ ਅਪਡੇਟ ਆ ਉਹ ਸ਼ਾਮ ਜਾਂ ਕੱਲ ਤੱਕ ਮੈਂ ਆਪਣੇ ਚੈਨਲ ਤੇ ਪਾ ਦੂੰਗਾ ਹੁਣ ਤੁਹਾਨੂੰ ਇੱਕ ਉਰੇ ਆਪਾਂ ਨੂੰ ਹੋਰ ਖਾਸ ਗੱਲ ਜਿੱਥੇ ਤੁਹਾਨੂੰ ਆਪਾਂ ਹੋਰ ਏ ਕਲਾਸ ਲੰਗਰ ਦਿਖਾਏ ਨੇ ਉੱਥੇ ਇੱਕ ਹੋਰ ਲੰਗਰ ਦਿਖਾ ਰਹੇ ਆ ਇੱਥੇ ਜੋ ਚੱਲ ਰਿਹਾ ਮਨਚੂਰੀਅਨ ਇਹ ਗੱਲ ਸੋਚ ਤੋਂ ਪਰੇ ਨੇ ਜਿਹੜਿਆਂ ਦੇ ਲੰਗਰ ਚੱਲ ਰਹੇ ਨੇ ਇਹਦੀ ਜੋ ਲੋਕੇਸ਼ਨ ਆ ਉਹ ਮੈਂ ਤੁਹਾਨੂੰ ਦੱਸ ਦੇਣਾ ਐਗਜ਼ੈਕਟ ਕਿੱਥੇ ਆ ਇਹ ਜੋ ਇਹਦੀ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਕੇ ਐਫ ਸੀ ਦੇ ਬਿਲਕੁਲ ਓਪੋਜ਼ਿਟ ਸਾਈਡ ਇੱਧਰ ਤੁਸੀਂ ਲੋਕੇਸ਼ਨ ਚੈੱਕ ਕਰ ਲਓ ਉੱਥੇ ਜੋ ਇਹ ਮਨਚੂਰੀਅਨ ਚੱਲ ਰਿਹਾ ਤੁਸੀਂ ਇਕੱਠ ਇੱਧਰ ਜੋ ਇਕੱਠ ਤੁਸੀਂ ਚੈੱਕ ਕਰ ਸਕਦੇ ਹੋ ਜੋ ਜਿੰਨਾ ਲੰਗਰ ਤੇ ਉਹ ਚੀਜ਼ਾਂ ਦੇ ਲੰਗਰ ਚੱਲ ਰਹੇ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਜੋ ਉਰੇ ਮਨਚੂਰੀਅਨ ਦਾ ਲੰਗਰ ਚੱਲ ਰਿਹਾ ਹੁਣ ਵੀਰ ਜੀ ਨਾਲ ਆਪਾਂ ਗੱਲਬਾਤ ਚੱਲ ਰਹੇ ਹਾਂ ਵੀ ਲੰਗਰ ਵੀਰ ਜੀ ਕਿੰਨੇ ਦਿਨ ਹੋ ਗਏ ਲੰਗਰ ਚੱਲਦੇ ਨੂੰ ਇੱਕ ਨੇ ਬਈ ਇੱਕ ਮਹੀਨਾ ਹੋ ਗਿਆ ਸਾਨੂੰ ਲਗਭਗ ਇੱਥੇ ਇਹ ਜੋ ਲੰਗਰ ਮਨਚੂਰੀਅਨ ਦਾ ਹੀ ਚੱਲਦਾ ਡੇਲੀ ਫਿਰ ਨਹੀਂ ਭਾਈ ਬਦਲ ਬਦਲ ਕੇ ਰੋਜ਼ ਜੋ ਵੀ ਆਪਾਂ ਬਣਿਆ ਹੋਵੇ ਉਹੀ ਫਾਸਟ ਫੂਡ ਆ ਹੋਵੇ ਅੱਛਾ ਜ਼ਿਆਦਾਤਰ ਮਤਲਬ ਜੋ ਫਾਸਟ ਫੂਡ ਆ ਜੋ ਮਤਲਬ ਵੀ ਉਰੇ ਆਪਣੇ ਜੋ ਅਲੈਦਾ ਅਲੈਦਾ ਲੰਗਰ ਨੇ ਇੱਕ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਪੰਜਾਬ 'ਚ ਬੈਠੇ ਛੋਟੇ ਬੱਚੇ ਨੇ ਜਾਂ ਨੌਜਵਾਨ ਨੇ ਉਹ ਫਾਸਟ ਫੂਡ ਖਾਣ ਦੇ ਕਰੇਜ਼ੀ ਨੇ ਉਹਨਾਂ ਨੂੰ ਵੀ ਉਤਸ਼ਾਹਿਤ ਕਰਦੇ ਆ ਵੀ ਉਹ ਵੀ ਆਉਣ ਉਰੇ ਬਿਲਕੁਲ ਬਿਲਕੁਲ ਜੀ ਇਸੇ ਕਰਕੇ ਉਹਨਾਂ ਲਈ ਤਾਂ ਸੇਵਾ ਕਰਨ ਜਿਹਾ ਹੀ ਹਾਜ਼ਰ ਹੋਏ ਆ ਜੀ ਹੋਰ ਕੋਈ ਤੁਸੀਂ ਗੱਲ ਸੈਂਟਰ ਸਰਕਾਰ ਨੂੰ ਕਹਿਣੀ ਚਾਹੋ ਸੈਂਟਰ ਸਰਕਾਰ ਨੂੰ ਮੰਗਾਂ ਮੰਨ ਲੈਣ ਤਾਂ ਇਹੀ ਬਹੁਤ ਆ ਜੀ